ਗੀਤ ਤੱਕ ਜਜ਼ਬਾਤ ਹੈ ਉਹ ਕੋਈ ਵੇਚਣ ਵਾਲੀ ਚੀਜ਼ ਥੋੜੀ ਐ ਵੀ ਬੌਂਸਰ ਗੱਲ ਸਭ ਕਿੰਨੇ ਲੈ ਜਾਗੇ ਆਪਾਂ 10 20 40 ਬੌਂਸਰ ਲੈ ਗਏ ਮੰਨ ਲਓ ਹੁਣ ਬੌਂਸਰ ਵੱਡੇ ਆ ਕਿ ਬਰਾਤ ਵੱਡੀ ਐ ਤੇ ਜਿੰਨੇ ਕਰਨਾ ਉਹ ਤੁਸੀਂ ਵੱਜੋਗੇ ਹੁਣ ਤੋਂ ਨਿਕਲ ਜਾਓ ਹੁਣ ਤੋਂ ਵੀ ਉਹ ਰੋਟੀ ਨਹੀਂ ਦਿੰਦੇ ਰੋਟੀ ਅਖਾੜੇ ਨੇ ਦਿੰਦੇ ਵੀ ਇੱਕ ਦਿਨ ਮੈਂ ਇੱਕ ਕਲਾਕਾਰ ਦੇ ਵੀਊ ਦੇਖੇ ਸੀਗੇ ਉਹਦੇ ਸੀਗੇ 1000 ਕਰੋੜ ਵੀਊ ਕੋ ਕਪੀ ਨੇ ਮੇਰਾ ਬਾਦੀ ਫਰੋਲੀ 784 ਕੇ 83 ਕਰੋੜ ਟੋਟਲ ਆਬਾਦੀ ਸੀ 784 ਟੋਟਲ 1000 ਕਰੋੜ ਵਿਊ ਆ ਹੁਣ ਮੈਨੂੰ ਲੱਗਦਾ ਵੀ ਏਲੀਅਨ ਵੇਖਣ ਲੱਗ ਗਏ ਆਪਣੇ ਗੀਤ ਵੀ ਬਾਬੂ ਸਿੰਘ ਮਾਨ ਜੀ ਨੇ ਨਾ ਇੱਕਦਮ ਉਹੀ ਗੱਲ ਕੀਤੀ ਪਿਆਰ ਆ ਬਜ਼ੁਰਗਾਂ ਨਾਲ ਬਹੁਤ ਵਧੀਆ ਚਲੋ ਬਜ਼ੁਰਗਿਆਂ ਦਾ ਮਿੱਸਾ ਕਰਦੇ ਆ ਮਾਨ ਸਾਹਿਬ ਦਾ ਬਹੁਤ ਪਿਆਰਾ ਉਹ ਇਹ ਗੱਲ ਕਹਿੰਦੇ ਸੀ ਵੀ ਅੱਜ ਕੱਲ ਦੇ ਕਲਾਕਾਰ ਐਨਕਾਂ ਕਿਉਂ ਲਾ ਕੇ ਰੱਖਦੇ ਆ ਫਿਰ ਉਹ ਕਹਿੰਦੇ ਵੀ ਉਹਨਾਂ ਨੇ ਕੰਮ ਹੀ ਇਹੋ ਜਿਹੇ ਕੀਤੇ ਵੀ ਲੋਕਾਂ ਨਾਲ ਅੱਖਾਂ ਮਿਲਾ ਹੀ ਨਹੀਂ ਸਕਦੇਗੇ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਜੱਟ ਉਸ ਪਿੰਡ ਨੂੰ ਬਿਲੋਂਗ ਕਰਦਾ ਤੇ ਜਦੋਂ ਪਰਚਾ ਹੁੰਦਾ ਫਿਰ ਉਹ ਕਹਿ ਦਿੰਦੇ ਇਹ ਤਾਂ ਖਡਾਉਣਾ ਸੀਗਾ ਹਨਾ ਕੀ ਤੁਹਾਨੂੰ ਲੱਗਦਾ ਜੇ ਕਲਾਕਾਰਾਂ ਤੇ ਅਸਲੀ ਉਹ ਪਰਚੇ ਹੋਣ ਲੱਗ ਜਾਣ ਤਾਂ ਫਿਰ ਕਲਾਕਾਰ ਕਿੱਥੇ ਜੇ ਸਟੈਂਡ ਕਰਦੇ ਕਲਾਕਾਰ ਜੋ ਗੀਤਾਂ ਦੇ ਵਿੱਚ ਦਿਖਾਉਂਦੇ ਆ ਕੀ ਅਸਲ ਦੇ ਵਿੱਚ ਉਸਾਂ ਦੀ ਲਾਈਫ ਉਹ ਜੇ ਇੱਕ ਦਾ ਪਰਚਾ ਵੀ ਹੋ ਜੇ ਉਹ ਚੱਲ ਸਕਦੇ ਆ ਜਵਾਕਾਂ ਵਾਲੀਆਂ ਗੱਲਾਂ ਐਕਚੁਅਲ ਚ ਮੈਂ ਗੱਲ ਸਭ ਵੱਡੀ ਗੱਲ ਕਵਾਂ ਕਿਸੇ ਨੂੰ ਬੁਰੀ ਲੱਗਦੀ ਲੱਗੇ ਵੀ ਇਹ ਪਬਜੀ ਵਾਲੇ ਕਲਾਕਾਰ ਆ ਪਬਜੀ ਤੁਸੀਂ ਗੇਮ ਬਾਰੇ ਹਨਾ ਜਾਣਦੇ ਵੀ ਪਬਜੀ ਚ ਇਦਾਂ ਬੰਦਾ ਮਾਰਦਾ ਉਦੋਂ ਐਓ ਮਾਰਦਾ ਐਓ ਮਾਰਦਾ ਨਾ ਐ ਕਰਕੇ ਇਹਨਾਂ ਨਾਲ ਦਾ ਵੀ ਜਿੰਨਾ ਸੌਖਾ ਪਬਜੀ 'ਚ ਬੰਦਾ ਮਰ ਜਾਂਦਾ ਨਾ ਐਨਾ ਹੀ ਆਮ ਜ਼ਿੰਦਗੀ 'ਚ ਮਰ ਜਾਂਦਾ। ਸੋ ਭਾਈ ਜਾਂਦੇ ਜਾਂਦੇ ਇੱਕ ਨਾ ਮੈਸੇਜ ਜ਼ਰੂਰ ਚਾਹੀਦਾ ਹੈ ਉਹਨਾਂ ਕਲਾਕਾਰਾਂ ਨੂੰ ਜਿਹੜੀ ਸਾਡੀ ਤਾਂ ਨਹੀਂ ਸੁਣਦੇ ਸ਼ਾਇਦ ਤੁਹਾਡੀ ਸੁਣ ਲੈਣ। ਨਹੀਂ ਆਪਣੇ ਉਹ ਤਾਂ ਕਰਦੇ ਨਹੀਂ ਸੁਣਦੇ ਮੇਰੀ ਕਿਹਤੋਂ ਸੁਣਨਗੇ। ਪਰ ਫਿਰ ਵੀ ਆਉਣਗੇ। ਨਹੀਂ ਸੁਣਨਗੇ ਉਹ ਕਿਸੇ ਨੇ ਨਹੀਂ ਸੁਣਨਗੇ। ਉਹਨਾਂ ਨੂੰ ਪਤਾ ਕੀ ਲਾ ਦੋਨ ਮਤਲਬ ਯੋ ਓਹ ਹੋ ਦੁਨੀਆ ਕਰਾ ਲੈ ਝੁੱਠੇ ਲੱਖ ਪਰਚੇ ਐਵੇਂ ਹੁੰਦੇ ਰਹਿਣਗੇ ਯਾਰਾਂ ਦੇ ਚਰਚੇ ਭਾਵੇਂ ਪਿੰਡ ਦਾ ਵਿਚਾਲੇ ਚੌਂਕੀਆਂ ਨਹੀਂ ਜੱਟ ਪੁੱਠਿਆਂ ਕੰਮਾਂ ਦਾ ਪੁੱਠਿਆਂ ਕੰਮਾਂ ਦਾ ਸ਼ੌਂਕੀ ਐ ਅ ਰਾਜਬਰਾਡ ਦੇ ਮਰਨ ਨਾਲ ਕੱਟੋ-ਕੱਟ 50 ਸੰਧੂ ਸਰਜੀਤ ਮਰੇ ਤੇ 50 ਸਰਜੀਤਪੁਰਮਰੇ 50 ਹਣੀ ਸਿੰਘ ਮਰੇ ਆ ਕੱਟੋ-ਕੱਟ ਜਿੰਨੇ ਬੰਦੇ ਨੂੰ ਨੇ ਰਿਕਾਰਡ ਕੀਤੇ ਨਾ 50-50 ਮਰੇ ਆ ਰਾਜਬਰਾਡ ਕੈਸੀ ਚੀਜ਼ ਸੀ ਯਾਰ ਭਈ ਐਸੀ ਚੀਜ਼ ਸੀ ਉਹ ਮੈਗਨੇਟ ਸੀ ਕੋਈ ਹੁੰਦਾ ਸੀ ਵੀ ਜੈ ਜੀ ਰੱਬ ਨਾਲ ਗੱਲ ਕਰ ਲਈ ਜੈ ਜੀ ਬਰਾੜ ਸਾਬ ਨਾਲ ਗੱਲ ਕਰ ਲਈ ਬੜੇ ਪਿਆਰੇ ਇਨਸਾਨ ਸੀ ਕੀ ਹੋਇਆ ਕੀ ਨਹੀਂ ਇਹ ਉਹ ਜਾਣਦੇ ਜਰ ਰੱਬ ਜਾਣਦਾ ਜਾਂ ਉਹਨਾਂ ਦੇ ਲਿਖੀ ਹੀ ਨਹੀਂ ਸੀ ਆਉਣਾ ਚਾਹੀਦਾ ਚਲੇਗੇ ਕੋਈ ਬੰਦ ਕਰ ਲਈਏ ਕੈਮਰਾ ਬਾਤ ਚੱਲ ਰਹੀ ਰੂਬ ਰੂ ਦੇ ਪ੍ਰਯੋਜਕ ਹਨ ਏ ਆਰ ਹੈਲਪਿੰਗ ਹੈਂਡਸ ਤੋਂ ਬਿੱਟੂ ਸਪੀਡੋ ਤੇ ਪਵਾਰ ਬ੍ਰਦਰਸ ਤੋਂ ਹੈਰੀ ਪਵਾਰ ਤੇ ਰਾਜ ਪਵਾਰ ਪ੍ਰੋਗਰਾਮ ਰੂਬਰੂ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗਿੱਲ ਪ੍ਰਦੀਪ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਜਿਹੇ ਕਲਾਕਾਰ ਨੂੰ ਤੁਹਾਨੂੰ ਬੁਲਾਉਣ ਜਾ ਰਹੇ ਹਾਂ ਜਿਹੜਾ ਕਹਿੰਦਾ ਹੈ ਮੈਂ ਪੁੱਠਿਆਂ ਕੰਮਾਂ ਦਾ ਸ਼ੌਕੀਆ ਹਾਂ ਸਿੱਧੇ ਕੰਮ ਨਹੀਂ ਕਰਦਾ ਜਿਹੜਾ ਕਹਿੰਦਾ ਹੈ ਜਿੰਦੜੀ ਦੀ ਗੱਲ ਕਰਦਾ ਹੈ ਪੰਜਾਬੀ ਸੱਭਿਆਚਾਰ ਦੀ ਗੱਲ ਕਰਦਾ ਹੈ ਜਦੋਂ ਮਿਰਜ਼ਾ ਗਾਉਂਦਾ ਹੈ ਨਾ ਤੇ ਉਹਦੇ ਵਰਗਾ ਕੋਈ ਮਿਰਜ਼ਾ ਸਟੇਜ ਤੇ ਨਹੀਂ ਗਾ ਸਕਦਾ ਲਾਈਵ ਦਾ ਧਨੀ ਹੈ ਤੇ ਪਹਿਲਾ ਗੀਤਕਾਰੀ ਤੋਂ ਸ਼ੁਰੂ ਹੋਇਆ ਫਿਰ ਗਾਇਕੀ ਦੇ ਵਿੱਚ ਆਇਆ ਕਈ ਗੀਤਾਂ ਤੇ ਕੰਟਰੋਵਰਸੀ ਵੀ ਹੋਈ ਹੈ ਕਦੇ ਬੌਂਸਰ ਲੈ ਕੇ ਨਹੀਂ ਘੁੰਮਦਾ ਯਾਰਾਂ ਦਾ ਯਾਰ ਹੈ ਆਓ ਗੱਲਬਾਤ ਕਰਦੇ ਹਾਂ ਸੰਧੂ ਸਰਜੀਤ ਹੁਣਾਂ ਦੇ ਨਾਲ ਸੰਧੂ ਭਾਈ ਸਵਾਗਤ ਹੈ ਸਾਡੇ ਪ੍ਰੋਗਰਾਮ ਰੂਬਰੂ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਜੀ ਥੈਂਕ ਯੂ ਗਲੋਬਲ ਪੰਜਾਬ ਦਾ ਗਲੋਬਲ ਪੰਜਾਬ ਦੇ ਸਰੋਤਿਆਂ ਦਾ ਤੁਸੀਂ ਮੈਨੂੰ ਆਪਣੇ ਸਰੋਤਿਆਂ ਦੇ ਰੂਬਰੂ ਕੀਤਾ ਧੰਨਵਾਦੀ ਬਹੁਤ ਬਹੁਤ ਧੰਨਵਾਦ ਅ ਸੰਧੂ ਭਾਈ ਜਦੋਂ ਵੀ ਕਿਸੇ ਗੀਤਕਾਰ ਨਾਲ ਮੈਂ ਗੱਲ ਕਰਦਾ ਨਾ ਤੁਸੀਂ ਸਟਾਰਟ ਐਜ਼ ਆ ਗੀਤਕਾਰ ਹੋਏ ਹੋ ਹਨ ਹਾਂ ਬਿਲਕੁਲ ਜੀ ਬਿਲਕੁਲ ਤੇ ਜਦੋਂ ਗੀਤਕਾਰ ਦੇ ਨਾਲ ਗੱਲ ਕਰਦੇ ਆ ਤਾਂ ਐਂ ਲੱਗਦਾ ਵੀ ਗੀਤਕਾਰ ਨੂੰ ਗਾਉਣਾ ਕਿਉਂ ਪਿਆ ਸਭ ਤੋਂ ਪਹਿਲਾਂ ਇਹੀ ਸਵਾਲ ਹੁੰਦਾ ਕਿ ਉਹ ਫੋਟੋ ਛੋਟੀ ਸੀ ਉੱਤੇ ਜਿਹੜੀ ਗੀਤਕਾਰ ਵਾਲੀ ਲੱਗਦੀ ਸੀ ਜਿਹਦੇ ਕਰਕੇ ਪੂਰੇ ਰੈਪਰ ਤੇ ਆਉਣਾ ਸੀ ਚੱਕਰ ਕੀ ਸੀਗਾ ਸੰਧੂ ਸਰਜੀਤ ਨੂੰ ਗਾਉਣਾ ਕਿਉਂ ਪਿਆ ਕੀ ਗੀਤਕਾਰੀ ਦੇ ਵਿੱਚ ਗੱਲਬਾਤ ਨਹੀਂ ਬਣਦੀ ਸੀ ਉਹਨੇ ਪੈਸੇ ਨਹੀਂ ਮਿਲਦੇ ਸੀਗੇ ਘਰ ਨਹੀਂ ਚੱਲਦਾ ਸੀ ਰੌਲਾ ਕੀ ਸੀ अच्छा गल सब जे श्रोते सच ਮੰਨਣ ਤਾਂ ਮੈਂ ਇੱਕ ਗੱਲ ਕਰਦਾ ਵੀ ਪੈਸਾ ਅੱਜ ਤੱਕ ਮੇਰੀ ਦੌੜ ਨਹੀਂ ਗਿਆ ਨੰਬਰ 1 ਨੰਬਰ 2 ਫੋਟੋ ਵੱਡੀ ਮੇਰੀ ਦੌੜ ਨਹੀਂ ਰਹੀ ਮੈਂ ਐਜ਼ ਅ ਸਿੰਗਰ ਰਾਜ ਬਰਾੜ ਜੀ ਕੋਲੇ ਸਟਰਗਲ ਕਰਨ ਆਇਆ ਸੀ ਸਟਰਗਲ ਕਰਦੇ ਸਮੇਂ ਉਤੋਂ ਅਸੀਂ ਨਿੱਖੜ ਕੇ ਮੈਂ ਬਾਈ ਸਰਜੀਤ ਪੁੱਲਰ ਹੋਰ ਬੰਦੇ ਅਸੀਂ ਵੱਖਰੇ ਜਾਵੜੇ ਉੱਥੇ ਸਰਜੀਤ ਪੁੱਲਰ ਜੀ ਨੇ ਕਿਹਾ ਕਹਿੰਦੇ ਯਾਰ ਗੀਤ ਦੇ ਦੇ ਤੇਰੇ ਗੀਤ ਸੋਹਣੇ ਹੁੰਦੇ ਆ ਤੋ ਇੱਕ ਗੀਤ ਦਿੱਤਾ ਦੋ ਦਿੱਤੇ ਤਿੰਨ ਦਿੱਤੇ ਉਹ ਰੱਬ ਵੱਲੋਂ ਗੀਤ ਹਿੱਟ ਹੋ ਗਏ ਤੋ ਤਿੰਨ ਚਾਰ ਗੀਤ ਆਉਣ ਤੋਂ ਬਾਅਦ ਇੱਕ ਗੀਤ ਮੇਰਾ ਹਿੱਟ ਹੋਇਆ ਸੀ ਦਿਲ ਜਾਨੀ ਦੇ ਕੇ 25 ਰੁਪਈਆਂ ਵਾਲੀ ਗਾਨੀ ਰਾਤਾਂ ਦੀ ਮੇਰੀ ਨੀਂਦ ਲੈ ਗਿਆ ਜਦੋਂ ਉਹ ਹਿੱਟ ਹੋ ਗਿਆ ਉਸ ਤੋਂ ਬਾਅਦ ਐ ਪਤਾ ਲੱਗਾ ਯਾਰ ਤੂੰ ਤਾਂ ਗੀਤਕਾਰ ਹਿੱਟ ਹੋ ਗਿਆ ਯਾਰ ਜੋ ਮੈਂ ਸੋਚਿਆ ਹੀ ਨਹੀਂ ਸੀ ਮੈਨੂੰ ਅੱਜ ਤੱਕ ਵੀ ਯਕੀਨ ਨਹੀਂ ਆਉਂਦਾ ਮੈਂ ਗੀਤਕਾਰ ਹੈਗਾ ਕਿਉਂਕਿ ਮੈਂ ਗੀਤਕਾਰ ਨਹੀਂ ਐ ਮੈਂ ਤਾਂ ਸਿੰਗਰ ਬਣ ਆਇਆ ਸੀ ਹਾਂ ਹਿੱਟ ਹੋ ਗਿਆ ਉਹਦੇ ਵਿੱਚ ਬਸ ਠੀਕ ਹੈ ਫਿਰ ਬਣਨ ਸਿੰਗਰ ਆਏ ਤੇ ਸਿੰਗਰ ਬਣ ਗਏ ਹਣਾ ਹਾਂ ਸੰਤੂ ਕਿਰਪਾ ਵਾਲਾ ਹਾਂ ਸੰਤੂ ਭਾਈ ਇਹ ਦੱਸਿਓ ਵੀ ਗੀਤਕਾਰ ਤੁਸੀਂ ਤਾਂ ਚਲੋ ਸਿੰਗਰ ਬਣ ਆਏ ਸੀ ਸਿੰਗਰ ਬਣ ਕੇ ਹਿੱਟ ਹੋ ਗਏ ਹਨ ਗੀਤਕਾਰ ਦੀਆਂ ਮੁਸ਼ਕਲਾਂ ਕੀ ਕੀ ਨੇ ਕੀ ਕੀ ਆ ਜਿਹੜੀ ਗੀਤਕਾਰ ਕਿਉਂਕਿ ਮੈਨੂੰ ਲੱਗਦਾ ਵੀ ਗੀਤਕਾਰ ਨੂੰ ਗੀਤ ਕਰਾਉਣ ਦੇ ਲਈ ਕਈ ਵਾਰੀ ਜਿਵੇਂ ਆਪਾਂ ਕਹਦੇ ਪੰਜਾਬੀ ਚੋ ਵੀ ਉਹ 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 ਉਹਦੇ ਥੱਲੇ ਲੱਗਣਾ ਪੈਂਦਾ ਸਿੰਗਰ ਦੇ ਉਹਦੀਆਂ ਮਿੰਤਾ ਕਰਨੀਆਂ ਪੈਂਦੀਆਂ ਤੇ ਕਈ ਗੀਤਕਾਰਾਂ ਨੂੰ ਗਾਇਕਾਂ ਦੇ ਵੀਡੀਓ ਵੀਡੀਓ ਬਣਾ ਕੇ ਦੇਣੇ ਪੈਂਦੇ ਆ ਅੱਜ ਦੇ ਸਮੇਂ ਦੇ ਵਿੱਚ ਗੀਤਕਾਰਾਂ ਦੀਆਂ ਤੰਗੀਆਂ ਤੁਰਸ਼ੀਆਂ ਕੀ ਕੀ ਲੱਗਦੀਆਂ ਗੱਲ ਸਭ ਕੁਝ ਨਹੀਂ ਹੈ ਜਿਹੜੀ ਚੀਜ਼ ਵਧੀਆ ਨਾ ਸੋਨੇ ਨੂੰ ਕਦੀ ਗਲੀਆਂ ਚ ਵੇਚਣ ਨਹੀਂ ਜਾਣਾ ਪੈਂਦਾ ਹੂੰ ਸੋਨਾ ਦੁਕਾਨਾਂ ਤੇ ਹੀ ਪਿਆ ਵੇਖ ਜਾਂਦਾ ਹੈ ਹੀਰਾ ਪਬੰਦੀਆਂ ਚ ਰੱਖਿਆ ਜਾਂਦਾ ਲੋਕਰਾਂ ਚ ਰੱਖਿਆ ਜਾਂਦਾ ਹੂੰ ਤੇ ਹੋਰ ਚੀਜ਼ਾਂ ਵੇਚ ਜਾਂਦੀਆਂ ਹੋਵੇ ਤਾਂ ਕੁਛ ਨਹੀਂ ਆ ਕਿਸੇ ਨੂੰ ਕੁਛ ਨਹੀਂ ਕਰਨੀ ਲੋੜੋ ਰੱਬ ਤੇ ਯਕੀਨ ਰੱਖੋ ਆਪਦੇ ਕੰਮ ਤੇ ਯਕੀਨ ਰੱਖੋ ਆਪਣੇ ਆਪ ਹੀ ਮਸ਼ਹੂਰ ਹੋ ਜਾਣਾ ਤੁਸੀਂ ਕੋਈ ਗੱਲ ਨਹੀਂ ਆ ਸਮਾਂ ਆਉਣ ਤੇ ਹਾਂ ਅਗਲੀ ਗੱਲ ਆ ਵੀ ਆ ਚੀਜ਼ ਬੜੀ ਵੱਡੀ ਜੇ ਕੁਦਰਤ ਨੇ ਤੁਹਾਡੇ ਕਰਮਾਂ ਚ ਇਹ ਚੀਜ਼ ਲਿਖੀ ਹੈ ਤਾਂ ਤੁਹਾਨੂੰ ਜ਼ਰੂਰ ਮਿਲੂਗੀ ਨਹੀਂ ਲਿਖੀ ਤਾਂ ਫਿਰ ਰੱਬ ਰਾਜੀ ਸੰਦੂ ਭਾਈ ਇੱਕ ਸਵਾਲ ਗੀਤਕਾਰੀ ਤੇ ਹੋਰ ਫਿਰ ਉਸ ਤੋਂ ਬਾਅਦ ਆਪਾਂ ਗਾਇਕੀ ਤੇ ਆਉਣਾ ਕੀ ਤੁਹਾਨੂੰ ਲੱਗਦਾ ਕਈ ਗੀਤਕਾਰ ਆ ਜਿਹੜੇ ਪਤਾ ਨਹੀਂ ਤਾਂ ਉਹੀ ਬਸ ਆਪਦੀ ਹਵਾ ਬਣਾਉਣ ਨੂੰ ਕਹਿ ਦਿੰਦੇ ਆ ਵੀ ਅਸੀਂ ਡੇਢ ਡੇਢ ਲੱਖ ਰੁਪਈਆ ਗੀਤ ਦਾ ਲੈਨੇ ਆ ਕੀ ਤੁਹਾਨੂੰ ਲੱਗਦਾ ਕੀ ਤੁਹਾਨੂੰ ਕਦੇ ਮਿਲਿਆ ਡੇਢ ਡੇਢ ਲੱਖ ਰੁਪਈਆ ਇੱਕ ਇੱਕ ਗੀਤ ਦਾ ਨਹੀਂ ਮੇਰੇ ਨਾਲ ਨਾ ਕਈ ਕਲਾਕਾਰਾਂ ਨੇ ਸੰਪਰਕ ਕੀਤੇ ਪਰ ਮੈਂ ਉਹ ਕਹਿੰਦੇ ਸੀ ਆ ਜਾ ਤਾਂ ਮੈਨੂੰ ਐ ਜੇ ਲੱਗਿਆ ਵੀ ਮੈਂ ਇੱਕ ਖੂਹਾਂ ਮੇਰੇ ਚ ਪਾਣੀ ਹੈ ਜਿਹਨੂੰ ਲੋੜਾ ਭਰਨਾ ਆ ਜੇ ਮੈਂ ਨਹੀਂ ਜਾਣਾ ਅਗਲੀ ਗੱਲ ਮੈਂ ਜੀਤਾਂ ਨੂੰ ਵੇਚਣ ਦਾ ਕਿਤੇ ਸੋਚਿਆ ਨਹੀਂ ਪੁੱਤ ਵੇਚੇ ਨਹੀਂ ਜਾਂਦੇਗੇ ਇਹ ਤਾਂ ਜਜ਼ਬਾਤ ਹੁੰਦੇ ਆ ਮੈਂ ਸੋਚਦਾ ਵੀ ਜਦੋਂ ਇੱਕ ਆਰਟਿਸਟ ਗੀਤ ਲਿਖਦਾ ਜੇ ਸੱਚੀ ਗੀਤਕਾਰ ਆ ਤਾਂ ਜਿੰਨੀ ਇੱਕ ਪੀੜ ਮਾਂ ਨੂੰ ਬੱਚਾ ਜੰਮਣ ਚ ਹੁੰਦੀ ਆ ਤਾਂ ਜਿੰਨਾ ਉਹ ਤਰ ਲੋ ਮੱਛੀ ਉਹਨਾਂ ਇੱਕ ਗੀਤ ਕਰਨ ਹੁੰਦੀ ਆ ਇੱਕ ਤਾਂ ਮੈਂ ਪੁੱਤ ਵੇਚਣ ਨਹੀਂ ਗਿਆ ਕਦੀ ਦੂਜਾ ਮੈਂ ਕਦੀ ਪੈਸੇ ਦੀ ਚਾਹ ਮੈਂ ਅੱਜ ਵੀ ਕਿੰਨਾ ਮੈਂ ਸੱਚੀ ਅਜੇ ਵੀ ਮੈਨੂੰ ਪੈਸੇ ਨਾਲ ਕੋਈ ਲੋੜ ਨਹੀਂ ਐ ਤੁਸੀਂ ਦੇਖੋ ਵੀ ਕਰੋਨਾ ਲੰਘ ਕੇ ਗਿਆ ਬੜਾ ਕੁਛ ਹੋ ਗਿਆ ਮੇਰੇ ਕੋਲੇ ਬਾਹਲੀ ਪ੍ਰਾਪਰਟੀ ਕੁਝ ਨਹੀਂ ਬਣਾਇਆ ਮੈਂ ਸਿੱਧਾ ਸਾਦਾ ਬੰਦਾ ਹਾਂ ਪਰ ਮੇਰਾ ਜੇ ਮੈਂ ਪੈਸੇ ਦਾ ਖਿੱਚ ਨਹੀਂ ਕੀਤੀ ਤੇ ਰੱਬ ਨੇ ਮਰ ਉਹ ਵੀ ਚਲਾਈ ਗਿਆ ਤਾਂ ਮੈਨੂੰ ਕੋਈ ਮੁਸ਼ਕਲ ਨਹੀਂ ਆਈ ਹਾਂ ਜਿਹੜੇ ਕਹਿੰਦੇ 1.5 ਲੱਖ ਲਿਆ ਜਾਂ ਨਹੀਂ ਲਿਆ ਉਹਨਾਂ ਨੇ ਗੀਤਕਾਰੀ ਦੇ ਨਾਲ ਨਾਲ ਇੱਕ ਆਪਦਾ ਬਿਜ਼ਨਸ ਦਿਮਾਗ ਵੀ ਚਲਾ ਕੇ ਰੱਖਿਆ ਹਾਂ ਬਿਜ਼ਨਸ ਮਾਈਂਡ ਚਲਾ ਕੇ ਰੱਖਿਆ ਲੈ ਲੈ ਹੋਣਗੇ ਕਈ ਕਰੋੜ ਕਰੋੜ ਵੀ ਲਈ ਜਾਂਦੇ 2-2 ਕਰੋੜ ਵੀ ਲਈ ਜਾਂਦੇ ਹਾਂ ਪਰ ਜੀਤ ਤਾਂ ਇੱਕ ਜਜ਼ਬਾਤ ਹੈ ਉਹ ਕੋਈ ਵੇਚਣ ਵਾਲੀ ਚੀਜ਼ ਥੋੜੀ ਹੈ ਇਹ ਕੋਈ ਟੂਥ ਬ੍ਰਸ਼ ਜਾਂ ਕੋਈ ਮਹਿੰਗੀ ਸਸਤੀ ਚੀਜ਼ ਥੋੜੀ ਆ ਪਤਾ ਨਹੀਂ ਕਿਵੇਂ ਲੈ ਲੈਂਦੇ ਮੈਨੂੰ ਨਹੀਂ ਪਤਾ ਮੈਂ ਨਹੀਂ ਲੈ ਸਕਿਆ ਅਜੇ ਤੱਕ ਕਿਸੇ ਤੋਂ ਮੈਂ ਗਿਆ ਹੀ ਨਹੀਂ ਕਿਸੇ ਕੋਲੇ ਨਾ ਮੈਨੂੰ ਐ ਲੱਗਿਆ ਵੀ ਗੀਤ ਵੇਚ ਦੇਣਾ ਚਾਹੀਦੇ ਆ ਬਿਲਕੁਲ ਸੰਧੂ ਭਾਈ ਇਹ ਦੱਸਿਓ ਗਾਇਕੀ ਤੇ ਆਪਾਂ ਫੇਰ ਜਾਵਾਂਗੇ ਇੱਕ ਹੋਰ ਪੱਖਾ ਤੁਹਾਡੀ ਲਾਈਫ ਦਾ ਉਹ ਹੈਗਾ ਸਰਪੰਚੀ ਵਾਲਾ ਹਨਾ ਕਿਉਂਕਿ ਉਹ ਬੜੀ ਟੌਰ ਵਾਲੀ ਜੌਬ ਹੁੰਦੀ ਮੈਂ ਜੌਬ ਹੀ ਕਹਿੰਦਾ ਸਰਪੰਚੀ ਨੂੰ ਲੋਕਾਂ ਦੀ ਸੇਵਾ ਹੁੰਦੀ ਹਨਾ ਤੇ ਦੂਜੇ ਪਾਸੇ ਸਟੇਜਾਂ ਤੇ ਪ੍ਰੋਗਰਾਮ ਲਾਉਣੇ ਕਿਵੇਂ ਮੈਨੇਜ ਕਰਦੇ ਹੋ ਜਦੋਂ ਆ ਕੇ ਕੋਈ ਫਰਮੈਸ਼ ਕਰਦਾ ਹੈ ਉਹ ਫਿਰ ਸਰਪੰਚ ਸਾਹਿਬ ਕਹਿੰਦਾ ਕਿ ਸੰਧੂ ਸਰਜੀਤ ਕਹਿੰਦਾ ਹੈ ਨਾ ਕਿਵੇਂ ਇੱਕ ਬੜਾ ਔਖਾ ਲੱਗਦਾ ਹੋਣਾ ਵੀ ਪਿੰਡ ਦਾ ਸਰਪੰਚ ਹੋਵੇ ਤੇ ਨਾਲ ਅਖਾੜਾ ਲਾ ਰਿਆ ਹੋਵੇ ਗਿਲ ਸਾਹਿਬ ਦੋਨੋਂ ਮੈਨੇਜ ਕਰਨੇ ਬਹੁਤ ਔਖੇ ਸੀ ਕਿਉਂਕਿ ਕਲਾਕਾਰ ਤੇ ਗੀਤਕਾਰ ਬਹੁਤ ਜਜ਼ਬਾਤੀ ਹੁੰਦਾਂ ਨੇ ਜਜ਼ਬਾਤੀ ਔਖੇ ਸੀ ਅ ਸਟੇਜ ਤੇ ਚਲਣਾ ਪਊਗਾ ਪਰ ਜੇ ਸਰਪੰਚ ਜਜ਼ਬਾਤੀ ਹੋਊਗਾ ਤਾਂ ਉਹ ਫੈਸਲੇ ਸਹੀ ਨਹੀਂ ਕਰ ਸਕਦਾਗਾ ਤਾਂ ਫਿਰ ਮੇਰੇ ਨਾਲ ਮੈਂ ਫਰੀਦਕੋਟ ਰਹਿੰਦਾ ਸੀ ਤੇ ਸਾਡਾ ਵਾਇਆ ਮੁਦਕੀ ਆਉਂਦਾ ਸੀ ਮੈਂ ਤਾਂ ਸਾਡੇ ਇੱਕ ਸੀਮ ਨਾਲ ਤੇ ਨਹਿਰ ਪੌਂਦਾ ਰਸਤੇ 'ਚ ਇਹ ਮੈਂ ਆਪਣੇ ਆਪ ਨਾਲ ਗੱਲ ਕਰਦਾ ਹੁੰਦਾ ਸੀ ਤਾਂ ਨਹਿਰ ਤੇ ਗੱਡੀ ਰੋਕ ਕੇ ਦੋ ਚਾਰ ਸਕਿੰਟ ਲਈ ਉੱਥੇ ਆਪਦੇ ਆਪ ਨੂੰ ਕਹਣਾ ਵੀ ਲੈ ਵੀ ਕਲਾਕਾਰਾ ਤੂੰ ਇੱਥੇ ਉਤਰ ਜਾਣਾ ਹੂੰ ਹੁਣ ਸਰਪੰਚ ਚੱਲਿਆ ਪਿੰਡ ਹੂੰ ਹੁਣ ਜੇ ਸਰਪੰਚ ਸਟੇਜ ਤੇ ਜਾਊਗਾ ਤਾਂ ਤੂੰ ਮੈਨੂੰ ਐ ਕਿਵੇਂ ਬੋਲਿਆ ਓਏ ਤੂੰ ਮਰ ਨਾਲ ਗੱਲ ਕਿਵੇਂ ਕੀਤੀ ਤਾਂ ਉਹ ਲੜਾਈ ਵੀ ਹੋ ਸਕਦੀ ਹੈ ਨਾ ਫਿਰ ਵਾਪਸੀ ਤੇ ਕਹਿਣਾ ਵੀ ਲੈ ਵੀ ਸਰਪੰਚਾ ਤੂੰ ਇੱਥੇ ਬਹਿ ਹੁਣ ਰਾਤ ਰਾਤ ਹੁਣ ਕਲਾਕਾਰ ਵਾਪਸ ਚੱਲਿਆ ਤੇ ਉਹਨਾਂ ਨੂੰ ਮੈਨੇਜ ਬਹੁਤ ਔਖਾ ਕੀਤਾ ਪਰ ਦੋਨੋਂ ਹੀ ਬਿਲਕੁਲ ਅਲੱਗ ਨੇ ਆਪੋਜ਼ਿਟ ਨੇ ਨੈਗੇਟਿਵ ਪ ਪਾਰਾ ਭਾਈ ਗਰੂ ਨੇ ਉਹ ਵੀ ਇੱਕ ਸੇਵਾ ਦਿੱਤੀ ਨੇ ਭਾਈ ਬੜੀ ਵਧੀਆ ਨੇ ਭਾਈ ਅੱਛੇ ਤਰੀਕੇ ਨਾਲ ਨੇ ਭਾਈ ਕਦੇ ਆਏ ਹੋਇਆ ਐਂਟੀ ਪਾਰਟੀ ਵਾਲੇ ਨੇ ਪ੍ਰੋਗਰਾਮ ਕੈਨਸਲ ਕਰਾਤਾ ਹੋਏ ਨਹੀਂ ਸੰਧੂ ਸਰਜੀਤ ਨਹੀਂ ਕਰਾਉਣਾ ਇਹ ਤਾਂ ਦੂਜੇ ਪਾਸੇ ਭੁਗਤਦਾ ਆ ਮੈਂ ਨਾ ਗਿਲਸਾ ਮੈਚ ਹੋਣਾ ਵੀ ਉਹ ਜ਼ਖਮਪੁਰਾ ਨਾ ਛੇੜ ਗਿਆ ਤਾਂ ਚੰਗੀ ਗੱਲ ਆ ਪਰ ਉਹ ਆ ਹੋਇਆ ਬੜੇ ਵਾਰੀ ਹੋਇਆ ਘਟੋ ਘਟ 18 20 ਪ੍ਰੋਗਰਾਮ ਤਾਂ ਮੈਨੂੰ ਯਾਦ ਆ ਜਿਹੜੇ ਕੈਨਸਲ ਹੋਏ ਬੀਤੀਆਂ ਕਹਾਣੀਆਂ ਨਾ ਛੇੜ ਦਿਲਾ ਮੇਰੇ ਆ ਰਾਸ ਆਏ ਫਟਣਾ ਛੇੜ ਦਿਲਾ ਮੇਰੇ ਪਰ ਹੋਇਆ ਕੋਈ ਗੱਲ ਨਹੀਂ ਇੱਕ ਵਾਰੀ ਮੇਰੀ ਰੋਟੀ ਵੀ ਖਤਰੇ ਚ ਆ ਗਈ ਸੀ ਉਹ ਤਾਂ ਛੋਟਾ ਬੇਟਾ ਬਾਝੋ ਹੈ ਵੱਡਾ ਬੇਟਾ ਸੀ ਇੱਕ ਬੱਚਾ ਤਾਂ ਪਿਆਰਾ ਹੋਊਗਾ ਪੈਂਜ ਲੱਗਾ ਸੀ ਰੋਣਗੇ ਭੁੱਖੇ ਮਰਨਗੇ ਹੋਇਆ ਕਈ ਕੁਛ ਪਾਕਿਸਤਾਨੋਂ ਆਏ ਸੀ ਜ਼ਮੀਨ ਜਾਇਦਾਦ ਵੀ ਥੋੜੀ ਹੈ ਹੋਇਆ ਤੇਰੀ ਬੀਜੀ ਚਾ ਨਾ ਬਹੁਤ ਕੁਛ ਹੋਇਆ ਫਿਰ ਲੱਗਾ ਚੱਲ ਯਾਰ ਮਾਣਾ ਕੋਈ ਗੱਲ ਨਹੀਂ ਚੱਲ ਚੱਲਦੇ ਹਾਂ ਚੱਲੇ ਫਿਰ ਔਰ ਚਲਾਏ ਕਾਲਪੁਰ ਖੜੇ ਗੱਲ ਟਕੀ ਰਹਿਣ ਦਿਓ ਮਿੱਤਰੋ ਕੀ ਦੇ ਨਾ ਕੀ ਦੀ ਯਾੜੀ ਹਣਾ ਸੰਤੂ ਭਾਈ ਇਹ ਦੱਸਿਓ ਵੀ ਉਸ ਤੋਂ ਬਾਅਦ ਹੁਣ ਆਪਾਂ ਨਾਲ ਦੀ ਨਾਲ ਨਾ ਗਾਇਕੀ ਦੀ ਗੱਲ ਕਰਨੀ ਤੁਹਾਡੇ ਤੋਂ ਗੀਤ ਵੀ ਬਹੁਤ ਸੁਣਨੇ ਆ ਹਨਾ ਪਰ ਨਾ ਪਰ ਇੱਕ ਗੱਲ ਜਿਵੇਂ ਮੈਂ ਗੱਲ ਕੀਤੀ ਸਰਪੰਚੀ ਦੀ ਜੀ ਅ ਕਲਾਕਾਰ ਕਈ ਨਾ ਰਾਜਨੀਤੀ ਦੇ ਵਿੱਚ ਆ ਰਹੇ ਆ ਕੀ ਤੁਹਾਨੂੰ ਲੱਗਦਾ ਹੈ ਜੇ ਕਲਾਕਾਰ ਰਾਜਨੀਤੀ ਦੇ ਵਿੱਚ ਆ ਜਾਂਦੇ ਕਾਮਯਾਬ ਬਹੁਤ ਘੱਟ ਹੋਏ ਆ ਜਾਂ ਤਾਂ ਸਦੀਕ ਸਾਹਿਬ ਨੂੰ ਮੈਂ ਥੋੜਾ ਜਿਹਾ ਕਾਮਯਾਬ ਸਮਝਦਾ ਜਾਂ ਭਗਵੰਤ ਮਾਨ ਇੱਕ ਪੰਜਾਬ ਦਾ ਲੀਡਰ ਬਣ ਕੇ ਉੱਭਰਿਆ ਹੋਰ ਕਈਆਂ ਨੇ ਟਰਾਈ ਕੀਤੀ ਕੀ ਤੁਹਾਨੂੰ ਲੱਗਦਾ ਹੈ ਕਲਾਕਾਰਾਂ ਨੂੰ ਰਾਜਨੀਤੀ ਵਿੱਚ ਆਉਣਾ ਚਾਹੀਦਾ ਕਿ ਨਹੀਂ ਘਰ ਚ ਕਈ ਚੀਜ਼ਾਂ ਪਈਆਂ ਹੁੰਦੀਆਂ ਆਪਣੇ ਇੱਤਲ ਦੇ ਪਾਂਡੇ ਪਏ ਆ ਸਟੀਲ ਦੇ ਪਾਂਡੇ ਪਏ ਆ ਮੈਂ ਫੇਰ ਦੁਬਾਰਾ ਸੋਨੇ ਦਾ ਜ਼ਿਕਰ ਦੂਜੀ ਵਾਰੀ ਕਰ ਰਿਹਾ ਸੋਨੇ ਦੇ ਗਹਿਣੇ ਪਏ ਆ ਚਾਂਦੀ ਹੀਰੇ ਮੋਤੀ ਕੀ ਕੁਛ ਹਨਾ ਤਾਂ ਹਰ ਇੱਕ ਚੀਜ਼ ਦੀ ਆਪਣੀ ਆਪਣੀ ਅਹਿਮੀਅਤ ਹੁੰਦੀ ਜਿਹੜੇ ਕਲਾਕਾਰ ਆ ਕੁਦਰਤ ਨੇ ਤੇ ਲੋਕਾਂ ਨੇ ਉਹ ਸੋਨੇ ਦੇ ਗਹਿਣੇ ਬਣਾਏ ਆ ਤੋਂ ਬੜੇ ਜਜ਼ਬਾਤੀ ਨੇ ਬੜੇ ਪਿਆਰੇ ਨੇ ਬੜੇ ਆ ਸੌਫਟ ਮਾਈਂਡ ਰੱਖਣ ਵਾਲੇ ਨੇ ਜੇ ਉਹ ਇਧਰ ਆ ਜਾਂਦੇ ਆ ਤਾਂ ਸ਼ਾਇਦ ਉਹ ਆਪਦੀ ਜਨਤਾ ਜਿਹੜੀ ਜਨਤਾ ਨੇ ਉਹਨਾਂ ਨੂੰ 10-10 ਰੁਪਏ 20-20 ਰੁਪਏ 100-100 200-200 5-500 1000-1000 ਦੇ ਕੇ ਹੁਣ ਤਾਂ 2000 ਦਾ نوٹ ਆ ਗਿਆ ਉਹ ਦੇਖ ਕੇ ਇੱਥੋਂ ਤੱਕ ਲੈ ਕੇ ਜਾਂਦਾ ਇੱਥੋਂ ਤੱਕ ਜੋ ਮੇਰੇ ਗੱਲ ਚ ਪਾਇਆ ਇੱਥੋਂ ਤੱਕ ਲੈ ਕੇ ਜਾਂਦਾ ਤਾਂ ਮੈਨੂੰ ਲੱਗਦਾ ਉਹ ਸ਼ਾਇਦ ਆਪਦੀ ਜਨਤਾ ਬਾਰੇ ਚੰਗਾ ਸੋਚਣਗੇ ਪਿਆਰਾ ਸੋਚਣਗੇ ਮੈਨੂੰ ਲੱਗਦਾ ਤੇ ਉਹ ਆ ਜਾਣ ਤਾਂ ਸ਼ਾਇਦ ਕੁਝ ਚੰਗਾ ਕਰਨਗੇ ਪਰ ਮੈਨੂੰ ਇਹ ਵੀ ਲੱਗਦਾ ਵੀ ਐ ਨਹੀਂ ਮੈਂ ਇਸ ਪਾਰਟੀ ਆਹ ਹਾਂ ਮੈਂ ਇਹ ਕਹਿੰਦਾ ਜੇ ਮੈਨੂੰ ਮੌਕਾ ਮਿਲੇ ਮੈਂ ਜਿੱਤਦਾ ਹਾਂ ਮੈਂ ਜਿੱਤੂਗਾ ਮੈਂ ਜਨਤਾ ਦੇ ਕੰਮ ਕਰੂੰਗਾ ਕਿਉਂਕਿ ਮੈਂ ਸਰਪੰਚੀ 5 ਸਾਲ ਕੀਤੀ ਆ ਤਾਂ ਮੈਂ ਮੇਰਾ 960 ਵੋਟਾਂ ਹੋਣ ਨੇ ਉਦੋਂ 870 ਸੀ ਤਾਂ ਮੈਂ 92 ਲੱਖ ਰੁਪਇਆ ਗ੍ਰਾਂਟ ਪਿੰਡ ਲੈ ਕੇ ਆਇਆ ਇੱਕ ਤਾਂ ਮੇਰੇ ਐਮਐਲਏ ਜਗਿੰਦਰ ਸਿੰਘ ਜਿੰਦੂ ਮੇਰੇ ਪਿੰਡ ਦੇ ਸੀ ਦੂਜਾ ਮੈਂ ਕਲਾਕਾਰ ਕਰਕੇ ਮੈਂ ਪਿਆਰ ਨਾ ਗੱਲਾਂ ਕਰਕੇ ਸੱਜਖਬਾ ਕਰਕੇ ਵੀ ਮੈਂ ਗ੍ਰਾਂਟ ਲੈ ਆਉਂਦਾ ਸੀ ਮੈਂ ਆਪਦੇ ਪਿੰਡ ਲਈ ਮੈਂ ਕੋਸ਼ਿਸ਼ ਕੀਤੀ ਪਰ ਮੈਂ ਕੀਤਾ ਬੜਾ ਵਧੀਆ ਕੀਤਾ ਤੀਜੀ ਗੱਲ ਮੈਨੂੰ ਕੋਈ ਬਾਹ ਕੱਢ ਕੇ ਇਹ ਕਹਦੇ ਵੀ ਇਹਨੇ ਇੱਥੇ ਆ ਖਾ ਲਿਆ ਉਹ ਤਾਂ ਕਲਾਕਾਰ ਬੜਾ ਭਾਵਕ ਸਾਫਟ ਦੇ ਸੁੱਚਾ ਸੱਚਾ ਹੁੰਦਾ ਜੇ ਕਲਾ ਉਹੀ ਕੰਮ ਜਿਹੜਾ ਕੰਮ ਇੱਕ ਆਮ ਬੰਦਾ ਕਰ ਰਿਹਾ ਜਿਹੜਾ ਬੰਦਾ ਇੱਕ ਛਾਤਰ ਮਾਈਂਡ ਕਰ ਰਿਹਾ ਜੇ ਉਹੀ ਕੰਮ ਇੱਕ ਕਲਾਕਾਰ ਕਰੂਗਾ ਤਾਂ ਲੁਚਾ ਤੇ ਬੇਇਮਨ ਘਟ ਹੋਊਗਾ ਤਾਂ ਕਲਾਕਾਰ ਨੂੰ ਆਉਣਾ ਚਾਹੀਦਾ ਇਹਨਾਂ ਨੂੰ ਸਿਆਸਤ ਪਰਖਣੀ ਚਾਹੀਦੀ ਆ ਕੰਮ ਕਰਨਾ ਚਾਹੀਦਾ ਕਿਉਂਕਿ ਜਿੰਨੇ ਚਿਰ ਤੁਸੀਂ ਗਾਉਣਾ ਸੀ ਗਾਲ ਜਿਵੇਂ ਬੁਲਕਾਰ ਬਾਈ ਹੈ ਜਿੰਨੇ ਚਿਰ ਗਾਉਣਾ ਸੀ ਗਾਲ ਆ ਬਾਈ ਭਗਵੰਤਾ ਜਿੰਨੇ ਚਿਰ ਕੰਮ ਕਰਨਾ ਸੀ ਕਮੇਡੀ ਕਰਨੀ ਕਰ ਲਈ ਅਗਲਾ ਜੀਵਨ ਜੇ ਉਹ ਪਬਲਿਕ ਲਈ ਲਾ ਰਿਹਾ ਤਾਂ ਬੜੀ ਚੰਗੀ ਗੱਲ ਆ ਉਹਨਾਂ ਨੂੰ ਪਬਲਿਕ ਬਾਰੇ ਸੋਚਣਾ ਚਾਹੀਦਾ ਕਿਉ ਮਰ ਜਾਣਾ ਹਰ ਇੱਕ ਨੇ ਮੌਤ ਟਾਲ ਹੈ ਟਾਲਸ ਚਾਹੀਏ ਮਰਨ ਤੋਂ ਪਹਿਲਾਂ ਜੇ ਕੁਝ ਕਰ ਜੋਂਗੇ ਯਾਰ ਤਾਂ ਕੋਈ 100 200 ਸਾਲ ਜਿਉਂਦੇ ਰਹਿ ਸਕਦੇ ਤੁਸੀਂ ਚਲੋ ਤੁਹਾਨੂੰ ਉਮੀਦਾਂ ਹੈ ਤੇ ਮੈਨੂੰ ਲੱਗਦਾ ਵੀ ਹੋ ਸਕਦਾ ਤੁਹਾਡੀਆਂ ਉਮੀਦਾਂ ਨੂੰ ਬੂਰ ਪਵੇ ਅ ਇੱਕ ਗੱਲ ਦੱਸਿਓ ਵੀ ਕਈ ਕਲਾਕਾਰ ਨਾ ਆਪਣੇ ਗੀਤਾਂ ਦੇ ਵਿੱਚ ਜਿਹੜੀ ਗੱਲ ਦਰਸਾਉਂਦੇ ਆ ਜਿਵੇਂ ਆਪਾਂ ਸਿੱਧੂ ਮੂਸੇ ਵਾਲੇ ਦੀ ਗੱਲ ਕਰ ਲਈਏ ਤਾਂ ਉਹ ਕਹਿੰਦਾ ਵੀ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਜੱਟ ਉਸ ਪਿੰਡ ਨੂੰ ਬਿਲੋਂਗ ਕਰਦਾ ਤੇ ਜਦੋਂ ਪਰਚਾ ਹੁੰਦਾ ਫਿਰ ਉਹ ਕਹਿ ਦਿੰਦੇ ਇਹ ਤਾਂ ਖਡਾਉਣਾ ਸੀਗਾ ਹਨਾ ਕੀ ਤੁਹਾਨੂੰ ਲੱਗਦਾ ਜੇ ਕਲਾਕਾਰਾਂ ਦੇ ਅਸਲੀ ਉਹ ਪਰਚੇ ਹੋਣ ਲੱਗ ਜਾਣ ਤਾਂ ਫਿਰ ਕਲਾਕਾਰ ਕਿੱਥੇ ਜੇ ਸਟੈਂਡ ਕਰਦੇ ਕਲਾਕਾਰ ਜੋ ਗੀਤਾਂ ਦੇ ਵਿੱਚ ਦਿਖਾਉਂਦੇ ਆ ਕੀ ਅਸਲ ਦੇ ਵਿੱਚ ਉਸਾਂ ਦੀ ਲਾਈਫ ਉਹ ਜੇ ਇੱਕ ਦਾ ਪਰਚਾ ਵੀ ਹੋ ਜੇ ਉਹ ਚੱਲ ਸਕਦੇ ਆ ਗੱਲ ਸਾਬ ਪਰਚਿਆਂ ਨੂੰ ਹੱਥ ਜੋੜੇ ਸਰਪੰਚੀ ਟਾਈਮ ਤੇ ਤਿੰਨ ਪਰਚੇ ਹੋਏ ਆ ਮੇਰੇ ਭਰਾ ਜਾਣਦੇ ਆ ਕੁਝ ਵਕੀਲ ਐ ਕੁਝ ਥਾਣਿਆਂ ਚ ਐ ਕੁਝ ਹੋਰ ਥਾਵਾਂ ਤੇ ਐ ਜਿੱਦ ਦੇ ਮੇਰੇ ਤੇ ਪਹਿਲਾ ਪਰਚਾ ਆਇਆ ਸੀ ਨਾ ਮੇਰੇ ਬੁੱਲਾਂ ਤੋਂ ਸਿੱਕ ਰਹੀ ਨਹੀਂ ਸੁੱਕ ਰਹੀ ਸੀ ਪਹਿਲਾ ਪਰਚਾ ਸੀ 25 27 54 98 ਜਾਇਜ਼ ਜਾਂ ਨਜਾਇਜ਼ ਅਸਲੇ ਨਾਲ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨੀ। ਤਮੇ ਮਹੀਨਾ ਕਿ ਲੁਕਿਆ ਰਿਹਾ ਸੀ। ਫਿਰ ਮਹੀਨੇ ਬਾਅਦ ਆਇਆ ਲੱਗਿਆ ਨਾ ਤਾਂ ਤੈਨੂੰ ਕੋਈ ਫੜਨ ਆ ਰਿਹਾ ਕਿਉਂਕਿ ਪੰਜਾਬ ਪੁਲਿਸ ਨੇ ਮੇਰੇ ਨਾਲ ਕੋਈ ਵੈਰ ਨਹੀਂ ਰੱਖਿਆ। ਕੋਈ ਪੈਸਾ ਨਹੀਂ ਮੰਗਿਆ। ਪੰਜਾਬ ਪੁਲਿਸ ਨੇ ਮੈਨੂੰ ਬੜੀ ਰੀਲੀਫ ਦਿੱਤੀ। ਅਖੀਰ ਮੈਨੂੰ ਮੈਨੂੰ ਮੈਸੇਜ ਵੀ ਆਇਆ ਐਸ.ਐਚ.ਓ. ਦਾ ਕਹਿੰਦਾ ਯਾਰ ਤੂੰ ਕਿਉਂ ਲੁਕਦਾ ਫਿਰ ਤੂੰ ਆਪਣਾ ਕੰਮ ਕਰ। ਮੇਨੂੰ ਲੱਗਾ ਲਗਭਗ ਮੇਰੇ 50 ਤੋਂ 60 ਪ੍ਰੋਗਰਾਮ ਕੈਨਸਲ ਹੋਏ। ਲਗਭਗ। ਜਦੋਂ ਬਾਈ ਜੀ ਇੱਕ ਪਰਚਾ ਬੰਦਾ ਮਾਰਨਾ ਇੱਥੇ ਭਾਈ ਜੀ ਕੁੱਤਾ ਮਰ ਜਾਏ ਕੁੱਤੇ ਮਰੇ ਦੀ 12 ਸਾਲ ਕੈਦ ਆ ਸ਼ਾਇਦ ਮੈਂ ਆਨ ਦਾ ਰਿਕਾਰਡ ਬੋਲ ਰਿਹਾ 12 ਸਾਲ ਕੈਦ ਆ ਕੁੱਤਾ ਮਰੇ ਦੀ ਕਿਸੇ ਦਾ ਰੱਖਿਆ ਹੋਏ ਸੀ ਬੰਦਾ ਮਾਰਨਾ ਬੜੀ ਵੱਡੀ ਗੱਲ ਭਾਈ ਇਹ ਜਵਾਕਾਂ ਵਾਲੀਆਂ ਗੱਲਾਂ ਐਕਚੁਅਲ ਚ ਮੈਂ ਗੱਲ ਸਭ ਵੱਡੀ ਗੱਲ ਕਮਾ ਕਿਸੇ ਨੂੰ ਬੁਰੀ ਲੱਗਦੀ ਲੱਗੇ ਵੀ ਇਹ ਪਬਜੀ ਵਾਲੇ ਕਲਾਕਾਰ ਆ ਪਬਜੀ ਤੁਸੀਂ ਗੇਮ ਬਾਰੇ ਹਨਾ ਜਾਣਦੇ ਵੀ ਪਬਜੀ ਚ ਇਦਾਂ ਬੰਦਾ ਮਾਰਤਾ ਉਦੋਂ ਐ ਮਾਰਤਾ ਐ ਮਾਰਤਾ ਹਨਾ ਐ ਕਰਕੇ ਇਹਨਾਂ ਨਾਲ ਤਾਂ ਵੀ ਜਿੰਨਾ ਸੌਖਾ ਪਬਜੀ ਚ ਬੰਦਾ ਮਰ ਜਾਂਦਾ ਨਾ ਇੰਨਾ ਹੀ ਆਮ ਜ਼ਿੰਦਗੀ ਚ ਮਰ ਜਾਂਦਾ ਜਦੋਂ ਬੂਏ ਕੇ ਪੁਲਸ ਆਉਂਦੀ ਆ ਨਾ ਤੇ ਸਾਫਾ ਬੰਦਾ ਬੰਦਾ ਬਾਪੂ ਬਾਹਰ ਜਾਂਦਾ ਤੇ ਫਿਰ ਉਹ ਵਾਪਸ ਆ ਕੇ ਘਬਰਾਉਂਦਾ ਮਾਂ ਘਬਰਾਉਂਦੀ ਐ ਭੈਣ ਭਰਾ ਘਬਰਾਉਂਦੇ ਆ ਉਹ ਚਿਹਰੇ ਦੇਖਣ ਆਲੇ ਆਂਦੇ ਆ ਤਾਂ ਖੇਡਾਂ ਨੇ ਇਹਨਾਂ ਦੀਆਂ ਜਵਾਕਾਂ ਦੀਆਂ ਬੰਦਾ ਮਾਰਨਾ ਬੰਦਾ ਕੁੱਟਣਾ ਲਾਤਾਂ ਮਾਰਨੀ ਵੱਡੀਆਂ ਗੱਲਾਂ ਨੇ ਐਵੇਂ ਤਾਂ ਜਵਾਕਾਂ ਵਾਲੀਆਂ ਗੀਤਕਾਰੀਆਂ ਨੇ ਹਾਂ ਕੇ ਗੀਤਕਾਰੀ ਹੁੰਦੀ ਸੀਗੀ ਆ ਸੋਹਣਿਆਂ ਬੇ ਜੱਗ ਜਿਉਂਦਿਆਂ ਦੇ ਮੇਲੇ ਲਾਲੀਉ ਮੰਦਰੀ ਮੇਰੀ ਖਿਆਲਾਂ ਦੇ ਨਾਲ ਬਈ ਬਈ ਹਣਾ ਅ ਦਦਾਰ ਸੰਧੂ ਜੀ ਦੇ ਗੀਤ ਕੈਸੇ ਕੈਸੇ ਸੀਗੇ ਫਾਟਕ ਕੋਟ ਕਪੂਰੇ ਦਾ ਨਾ ਕਰ ਮੈਨੂੰ ਪਿਆਰ ਪਿਆਰ ਕਰ ਓੱਖਾ ਹੋਵੇਗਾ ਜਦ ਮੈਂ ਢੋਲੀ ਚੜ ਗਿੰਨੇ ਗੀਤ ਸੁਨਾਵਾ ਕਿੰਨੀ ਮੱਬ ਸੀ ਹੰਜੇ ਮੁੰਡੇ ਆਵੇ ਸਾਡੀ ਤੋਰ ਤੂੰ ਵੇਖਣੀ ਗੜਵਾਲੇ ਦੇ ਚਾਂਦੀ ਦਾ ਲਖੇਲੇ ਮਜਾ ਅੱਜ ਕੀ ਹੈ ਭਾਈ ਅੱਜ ਤਾਂ ਯਾਰ ਮੈਂ ਬੰਦੂਕ ਚਲਾਤੀ ਮੈਂ ਬੰਦੂਕ ਚਲਾਉਣੀ ਮੈਂ ਬੰਦਾ ਮਾਰਤਾ ਮੈਂ ਬੰਦਾ ਮਾਇਆ ਕੀ ਕੀ ਯਾਰ ਤੁਸੀਂ ਤੁਸੀਂ ਮਤਲਬ ਕਿਸੇ ਫੌਜ ਨੂੰ ਪ੍ਰੇਪੇਅਰ ਕਰ ਰਹੇ ਹੋ ਤੇ ਸੰਧੂ ਭਾਈ ਸੰਧੂ ਭਾਈ ਇਹ ਗੱਲ ਦੱਸਿਓ ਵੀ ਜਦੋਂ ਤੁਹਾਡੇ ਤੇ ਜਿਵੇਂ ਪਰਚੇਪੁਰਚ ਹੋ ਗਏ ਹਨ ਤਾਂ ਤੁਹਾਨੂੰ ਕਿਸੇ ਨੇ ਨਹੀਂ ਅਪਰੋਚ ਕੀਤਾ ਵੀ ਸੰਧੂ ਸਰਜੀਤ ਹੁਣ ਤੇਰੀ ਉਹ ਲੁੱਕ ਜੀ ਬਣ ਸਕਦੀ ਆ ਤੂੰ ਵੀ ਉਸ ਤਰ੍ਹਾਂ ਦਾ ਕਰ ਸਕਦਾ ਜਿਸ ਤਰ੍ਹਾਂ ਦਾ ਮਾਰਕੀਟ ਦੇ ਵਿੱਚ ਚੱਲਦਾ ਚੱਲ ਤੂੰ ਵੀ ਚੱਕ ਲੈ ਇੱਕ ਬਾਊਜ਼ਰ ਇੱਕ ਲੱਖ ਲੱਦ ਨਾਲੀ ਮੋੜੇ ਤੇ ਉਹੋ ਜਿਹਾ ਗੀਤ ਕਰਦੇ ਆ ਹੋਈ ਅਪਰੋਚ ਬੜਾ ਬੜਾ ਕੁਝ ਹੈ ਬੜਾ ਕੁਝ ਹੈ ਸੀ ਮੈਂ ਨਾ ਗੱਲ ਸਰ ਇੱਕ ਗੱਲ ਐਂਡ ਆਫ ਐਂਡ ਇਹ ਗੱਲ ਕਹਿਣਾ ਮੈਂ ਮੈਂ ਪਿਓ ਨਾਲੇ ਵਾਦਾ ਕਰਕੇ ਤੁਰਿਆ ਸੀ ਤੇ ਪੁੱਤ ਨਾਲ ਮਰਨ ਲੱਗਾ ਅੱਖਾਂ ਮਲਾ ਕੇ ਜਾਊਗਾ ਮਰਨ ਲੱਗਾ ਪੁੱਤ ਨਾਲ ਅੱਖਾਂ ਮਲਾ ਕੇ ਜਾਊਗਾ ਪੁੱਤ ਜੇ ਕੱਲ ਨੂੰ ਤੇਰੇ ਧੀ ਹੋਈ ਤਾਂ ਤੂੰ ਸ਼ਰਮਿੰਦਾ ਨਾ ਹੋਈਂ ਤੇਰਾ ਪਿਓ ਇਹ じゃ ਕੁਛ ਨਹੀਂ ਰਿਕਾਰਡ ਕਰਕੇ ਚੱਲਿਆ ਜਿੱਦ ਨਾਲ ਤੈਨੂੰ ਅੱਖ ਚਕਾਉਣੀ ਪਵੇ ਪਿਓ ਬਾਪੂ ਜੀ ਚਲੇ ਗਏ ਤਾਂ ਮੈਂ ਪੰਜਾਬੀ ਚ ਕਹੂੰ ਪਿਓ ਮਰ ਗਿਆ ਪਿਓ ਅੱਖ ਚਕਾ ਕੇ ਨਹੀਂ ਗਿਆ ਵੀ ਮੇਰੇ ਪੁੱਤ ਨੇ ਕੋਈ ਵੀ ਗਲਤ ਰਿਕਾਰਡ ਕੀਤਾ ਤਾਂ ਮੈਂ ਦਲਤ ਯਾਤਰਾ ਕੇ ਗੱਲ ਕਹਿੰਦਾ ਵੀ ਮੈਂ ਇਹ じゃ ਕੁਛ ਨਹੀਂ ਕਰਕੇ ਜਾਊਗਾ हां पता नहीं अगे जिमे मैं सॉरी निक्की जी गल सुनाना एक ਵੀ ਜਿਵੇਂ ਇੱਕ ਫਕੀਰ ਸੀ ਕਿ ਗਲੀ ਚੋਂ ਲੰਘਦਾ ਸੀ ਕੋਠੇ ਤੇ ਵੇਸ ਵਾਰਦੀ ਉਹ ਰੋਜ਼ ਪੁੱਛਦੀ ਕਹਿੰਦੀ ਸਾਦਾ ਤੇਰੀ ਦਾੜ੍ਹੀ ਸੋਹਣੀ ਆ ਕਿ ਮੇਰੀ ਕੁੱਤੀ ਦੀ ਪੂਛ ਸੋਹਣੀ ਆ ਸਮਾਂ ਲੰਘਦਾ ਗਿਆ ਇੱਕ ਦਿਨ ਸਾਧ ਮਰਨ ਵਾਲਾ ਹੋ ਗਿਆ ਕਹਿੰਦਾ ਉਹ ਚਨਾਨੀ ਸਾਧ ਕੇ ਲਿਓ ਜਿਹੜੇ ਕੋ ਚੇਲੇ ਉਹ ਕਹਿੰਦੇ ਯਾਰ ਸਾਧ ਦਾ ਚੱਕਰ ਹੋਣਾ ਕੋਈ ਜਦੋਂ ਆਈ ਕਹਿੰਦਾ ਬੱਚਾ ਤੂੰ ਮੈਨੂੰ ਰੋਜ਼ ਪੁੱਛਦੀ ਸੀ ਵੀ ਤੇਰੀ ਦਾੜ੍ਹੀ ਸੋਹਣੀ ਕਿ ਮੇਰੀ ਕੁੱਤੀ ਦੀ ਪੂਛ ਸੋਹਣੀ ਆ ਅੱਜ ਮੈਂ ਕਹਿੰਦਾ ਮੇਰੀ ਦਾੜ੍ਹੀ ਸੋਹਣੀ ਆ ਮੈਂ ਨਾ ਮੈਂ ਡਰਦਾ ਸੀ ਪਤਾ ਨਹੀਂ ਆਉਣ ਵਾਲੇ ਸਮੇਂ 'ਚ ਕੀ ਕਲੰਕ ਲੱਗ ਜਣਾ ਤਾਂ ਮੈਂ ਅੱਜ ਉਹ ਗੱਲ ਕਰਦਾ ਵੀ ਪਤਾ ਨਹੀਂ ਆਉਣ ਵਾਲੇ ਕੱਲ 'ਚ ਕੀ ਹੋ ਜਾਣਾ ਪਰ ਮੈਂ ਇਹੋ ਜਿਹਾ ਕੋਸ਼ਿਸ਼ ਕਰੂੰਗਾ ਮੈਂ ਇਹੋ ਜਿਹਾ ਕੁਸ਼ਨ ਰਿਕਾਰਡ ਕਰਾਂ ਜਿਹੜਾ ਮੇਰੇ ਬੱਚੇ ਨੂੰ ਮੇਰੇ ਪੁੱਤ ਨੂੰ ਤੇ ਮੇਰੀ ਪੋਤੀ ਨੂੰ ਸ਼ਰਮਿੰਦਾ ਹੋਣਾ ਪਵੇ ਇਹੋ ਜਿਹਾ ਕੁਛ ਰਿਕਾਰਡ ਨਹੀਂ ਕਰੂੰਗਾ ਜਾਂ ਮੇਰਾ ਪੁੱਤੇ ਕਵੇ ਵੀ ਮੇਰੇ ਪਿਓ ਨੇ ਆ ਲਿਖਿਆ ਸੀ ਅਭੀ ਆਂ ਸੀ ਆਏ ਬੰਦਾ ਮਾਰ ਦੇ ਬੰਦਾ ਮਾਰ ਕੇ ਚਲੋ ਮੈਂ ਇੱਕ ਬੰਦੇ ਨੂੰ ਨਹੀਂ ਟਾਰਗੇਟ ਕਰਦਾ ਬੜੇ ਹੋ ਗਏ ਤਾਂ ਨਹੀਂ ਮੈਂ ਕੁਛ ਨਹੀਂ ਸੱਚਾ ਚਲੋ ਇੰਟਰਨੈਸ਼ਨਲ ਲਾਲਾ ਮੈਂ ਕੁਝ ਨਹੀਂ ਬੋਲਦਾ ਚਲੋ ਆਪਾਂ ਹੁਣ ਨਾ ਗਾਇਕੀ ਤੇ ਆਈਏ ਹਨਾ ਜਿਵੇਂ ਮੈਂ ਸਟਾਰਟ ਤੇ ਗੱਲ ਕੀਤੀ ਸੀਗੀ ਵੀ ਫੁਕਰੇ ਬੰਦੇ ਨਾਲ ਸਾਡੀ ਘੱਟ ਬਣਦੀ ਹੈ ਘੱਟ ਬਣਦੀ ਬਾਈ ਉਹ ਮੇਰੀ ਵੀ ਮੇਰੀ ਵੀ ਕਈ ਫੁਕਰਿਆਂ ਦੇ ਨਾਲ ਬੜੀ ਘੱਟ ਬਣਦੀ ਆ ਅਸੀਂ ਉੱਥੇ ਜਦੋਂ ਡੀਜੇ ਲਾਈਦਾ ਨਾ ਤਾਂ ਸਭ ਤੋਂ ਪਹਿਲਾ ਗੀਤ ਹੁੰਦਾ ਇਹਦਾ ਸਥਾਈ ਤੇ ਨਾਲ ਅੰਤਰਾ ਕਿਉਂਕਿ ਉਹ ਬੜਾ ਵਧੀਆ ਗੀਤ ਆ ਮੈਂ ਮੈਂ ਤੁਹਾਡੀ ਗੱਲ ਸੌਰੀ ਵਿੱਚੋਂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਲਈ ਮਾਫੀ ਚਾਹਣਾ ਉਹ ਤਾਂ ਇਹਨਾਂ ਗੀਤਾਂ ਦਾ ਜਵਾਬ ਹੈ ਹਾਂ ਇੱਕ ਨਾ ਹੋਰ ਨਵਾਂ ਗੀਤ ਸੀ ਪਤਾ ਨਹੀਂ ਅਸੀਂ ਛੇਤੀ ਰਿਕਾਰਡ ਕਰਾਂਗੇ ਉਹ ਸੀਗਾ ਅਸੀਂ ਢਰੇ ਵੀ ਕਦੇ ਨਹੀਂ ਤੇ ਡਰਾਇਆ ਵੀ ਕਦੇ ਨਹੀਂ ਐਵੇਂ ਮਾੜੇ ਉੱਤੇ ਜ਼ੋਰ ਜੱਜ ਮਾਇਆ ਵੀ ਕਦੇ ਨਹੀਂ ਉਹ ਸਦਾ ਰੱਬ ਦੀ ਰਜ਼ਾ ਜਿੱਤੇ ਮੋਰਚੇ ਤੇ ਉਹਦਾ ਹੀ ਸਰੂਰ ਰੱਖੀਦਾ ਬੰਦਾ ਫੁਕਰਾ ਬ੍ਰਾਂਡਡ ਕੁੜੀਆਂ ਨੂੰ ਆਪਣੇ ਤੋਂ ਦੂਰ ਰੱਖੀਦਾ ਅਸੀਂ ਫੁਕਰੇ ਟੂ ਟਰਾਈ ਕਰ ਰਹੇ ਹਾਂ ਨਹੀਂ ਹੁਣ ਫੁਕਰੇ ਬਨਦਾ ਪਹਿਲਾਂ ਕਿਉਂਕਿ ਅਸੀਂ ਉੱਥੇ ਡੀਜੇ ਤੇ ਫੁਕਰੇ ਬਨ ਬੜਾ ਲਵਾਇਆ ਸਾਡੇ ਵੀ ਉੱਥੇ ਕਈ ਫੁਕਰੇ ਆ ਉਹਨਾਂ ਨੂੰ ਫਿਰ ਟਾਰਗੇਟ ਕਰਕੇ ਤੇ ਉਹਨਾਂ ਨੂੰ ਦੱਸਣਾ ਪੈਂਦਾ ਵੀ ਸਾਡੀ ਨਹੀਂ ਬਣਦੀ ਫੁਕਰਿਆਂ ਦੇ ਨਾਲ ਹਾਂ ਇੱਕ ਗੱਲ ਮੈਂ ਉਦੋਂ ਪਹਿਲਾਂ ਇਹ ਗੱਲ ਕਰਦਾ ਵੀ ਜਿਹੜਾ ਫੁਖਰਾ ਹੁੰਦਾ ਨਾ ਫੁਖਰਾ ਉਹਨੂੰ ਸ਼ੋਅ ਆਫ ਕਰਨ ਦੀ ਬਹੁਤ ਹੱਤ ਹੁੰਦੀ ਹੈ ਮਹਿੰਗੀ ਕੜੀ ਮਹਿੰਗੀ ਗੱਡੀ ਮਹਿੰਗੇ ਬੂਟ ਮਹਿੰਗਾ ਕੋਟ ਮਹਿੰਗਾ ਇਹ ਉਹ ਨਾ ਮਹਿੰਗਾ ਤਾਂ ਬੰਦਾ ਹੁੰਦਾ ਹੈ ਗੱਲ ਸਾਹਿਬ ਮਹਿੰਗੀ ਤਾਂ ਔਕਾਤ ਹੁੰਦੀ ਹੈ ਮਹਿੰਗੀ ਤਾਂ ਜ਼ਮੀਰ ਹੁੰਦੀ ਹੈ ਮੈਨੂੰ ਕਈ ਵਾਰੀ ਕਰਦੇ ਜਾਂਂਦੀ ਗੋੰਡੀ ਕਹਿੰਗੇ ਯਾਰ ਤੂੰ ਲੀਡੇ ਕੱਪੜੇ ਨਹੀਂ ਪਾ ਕੇ ਚੱਲ ਮੈਨੂੰ ਲੱਗਿਆ ਵੀ ਮੈਂ ਜਿਹੜੀ ਗੱਟੀ 'ਚ ਮੈਨੂੰ ਸਰੋਤਿਆਂ ਨੇ ਬਾਤਾਂ ਜੇ ਮੈਂ ਇਹਦੇ 'ਚ ਉੱਤਰ ਕੇ ਮਹਿੰਗਾ ਨਹੀਂ ਨਾ ਹੋਇਆ ਤਾਂ ਫਿਰ ਮੈਂ ਕੋਈ 2-4 ਹਜ਼ਾਰ 10 ਹਜ਼ਾਰ ਦੇ ਕੱਪੜੇ ਨਾਲ ਮਹਿੰਗਾ ਨਹੀਂ ਹੋਣਾ ਚਲੋ ਮੈਂ ਫੁਕਰੇ ਗੀਤ ਸੁਣਾਉਣਾ ਹਨਾ ਹੂੰ ਕੋਈ ਕਰਜ਼ੇ ਗਦਾਰੀ ਤਾਂ ਸਹਾਰੀ ਨਹੀਂ ਓ ਜਾਂਦੀ ਸਾਥੋਂ ਦੌਲਤਾਂ ਦੇ ਪਿੱਛੇ ਵੇਚੀ ਯਾਰੀ ਨਹੀਂ ਓ ਜਾਂਦੀ ਕਰਜ਼ੇ ਗਦਾਰੀ ਤਾਂ ਸਹਾਰੀ ਨਹੀਂ ਓ ਜਾਂਦੀ ਸਾਥੋਂ ਦੌਲਤਾਂ ਦੇ ਪਿੱਛੇ ਵੇਚੀ ਯਾਰੀ ਨਹੀਂ ਓ ਜਾਂਦੀ ਜਿੱਥੇ ਪਾਲੀ ਐ ਪਿਆਰ ਦਈ ਐ ਜਿੰਦ ਜਾਨ ਵਾਰ ਜਿਹੜਾ ਦਿਲੋਂ ਦਿਲਦਾਰ ਓਥੇ ਝੱਟ ਬਣਦੀ ਐ ਫੁਕਰੇ ਬੰਦੇ ਨਾਲ ਥੋੜੀ ਫੁਕਰੇ ਬੰਦੇ ਨਾਲ ਥੋੜੀ ਘੱਟ ਬਣਦੀ ਐ ਸਾਡੀ ਫੁਕਰੇ ਬੰਦੇ ਨਾਲ ਥੋੜੀ ਘੱਟ ਬਣਦੀ ਐ ਸਟਾਰਟਿੰਗ ਤੇ ਨਾ ਮੈਂ ਥੋੜੀ ਜੀ ਰਾਜ ਬਰਾੜ ਬਾਰੇ ਆਪਾਂ ਗੱਲ ਕਰਨੀ ਜਿਵੇਂ ਬ੍ਰੇਕ ਤੋਂ ਪਹਿਲਾਂ ਗੱਲ ਕੀਤੀ ਸੀ ਪਰ ਨਾ ਅੱਜ ਕੱਲ੍ਹ ਦੇ ਕਲਾਕਾਰਾਂ ਬਾਰੇ ਮੈਂ ਗੱਲ ਕਰਨੀ ਚਾਹੂੰਗਾ ਮੈਂ ਤਾਂ ਬੜਾ ਸਤਿਆ ਹੋਇਆ ਇਹਨਾਂ ਤੋਂ ਓਥੇ ਆਉਂਦੇ ਸਾਡੇ ਕੋਲੇ ਅਮਰੀਕਾ ਹਾਂਜੀ ਹਨਾ ਉੱਥੇ ਨਾ ਤਾਂ ਸੈਕਟਰੀ ਦਾ ਵੀਜ਼ਾ ਲੱਗਦਾ ਅੱਛਾ ਜੀ ਹਨਾ ਜੀ ਤੇ ਨਾ ਬੌਂਸਰਾਂ ਦਾ ਵੀਜ਼ਾ ਲੱਗਦਾ ਉਹਨਾਂ ਤੋਂ ਬਿਨਾ ਇਹਨਾਂ ਦੀ ਲਾਈਫ ਉੱਥੇ ਕਿਹੋ ਜਿਹੀ ਹੋਊਗੀ ਹਨਾ ਤੇ ਇਹ ਦੱਸਿਓ ਵੀ ਇੱਥੇ ਕਲਾਕਾਰ ਜਿਹੜਾ ਪਹਿਲਾਂ ਆਪ ਆਡੀਅנס ਦੇ ਨੇੜੇ ਆਉਂਦਾ ਕਹਿੰਦਾ ਦੋ ਜਣੇ ਆਜੋ ਮੇਰੇ ਨਾਲ ਫੋਟੋ ਖਿਚਾ ਲਓ ਹਨਾ ਜਦੋਂ ਹਿੱਟ ਹੋ ਜਾਂਦਾ ਫਿਰ ਬੌਂਸਰਾਂ ਦਾ ਘੇਰਾ ਬਣਾ ਲਿੰਦਾ ਕੀ ਲੱਗਦਾ ਐ ਇਹੋ ਜੇ ਗੀਤ ਹੀ ਤੁਸੀਂ ਕਿਉਂ ਗਾਉਂਦੇ ਲੋਕਾਂ ਤੋਂ ਛੇਤਰਾ ਤੋਂ ਡਰ ਕਾ ਤੋਂ ਲੱਗਦਾ ਸੰਤੂ ਸਰਜੀਤ ਨੂੰ ਕਿਉਂ ਨਹੀਂ ਡਰ ਇਹਦੇ ਨਾਲ ਬੌਂਸਰ ਕਿਉਂ ਨਹੀਂ ਹੁੰਦੇ ਅੱਛਾ ਮੈਨੂੰ ਪਹਿਲੀ ਗੱਲ ਦੱਸੋ ਤੁਹਾਨੂੰ ਮੈਂ ਮੈਂ ਅੱਜ ਦਾ ਨਹੀਂ ਲੱਗਦਾਗਾ ਨਹੀਂ ਅੱਜ ਦੇ ਹੈਗੇ ਹਾਂ ਪਰ ਅੱਜ ਦੀ ਪਨੀਰੀ ਵਾਲੇ ਕਹਿੰਦੇ ਜਿਹੜੇ ਸਿਰਫ ਯੂਥ ਨੂੰ ਟਾਰਗੇਟ ਕਰਦੇ ਨੇ ਜਿਹੜੇ ਸਾਡੇ ਤੋਂ 7-8 ਸਾਲ ਛੋਟੇ ਨੇ ਨਾ ਹਾਂ ਪਹਿਲੀ ਗੱਲ ਵੀ ਬਾਬੂ ਸਿੰਘ ਮਾਨ ਜੀ ਨੇ ਨਾ ਇੱਕ ਵਾਰ ਉਹੀ ਗੱਲ ਕੀਤੀ ਪਿਆਰ ਆ ਬਜ਼ੁਰਗਾਂ ਨਾਲ ਬਹੁਤ ਵਧੀਆ ਚਲੋ ਬਜ਼ੁਰਗਿਆਂ ਦਾ ਗੁੱਸਾ ਕਰਦੇ ਹਾਂ ਮਾਨ ਸਾਹਿਬ ਨਾਲ ਬਹੁਤ ਪਿਆਰਾ ਹਾਂ ਉਹ ਇਹ ਗੱਲ ਕਹਿੰਦੇ ਸੀ ਵੀ ਅੱਜ ਕੱਲ ਦੇ ਕਲਾਕਾਰ ਐਨਕਾਂ ਕਿਉਂ ਲਾ ਕੇ ਰੱਖਦੇ ਆ। ਹੂੰ ਫਿਰ ਉਹ ਕਹਿੰਦੇ ਵੀ ਉਹਨਾਂ ਨੇ ਕੰਮ ਹੀ ਇਹੋ ਜਿਹਾ ਕੀਤਾ ਵੀ ਲੋਕਾਂ ਨਾਲ ਅੱਖਾਂ ਮਿਲਾ ਹੀ ਨਹੀਂ ਸਕਦੇਗੇ। ਇੱਕ ਨੰਬਰ 2 ਵੀ ਬੌਂਸਰ ਗੱਲ ਸਾਬ ਕਿੰਨੇ ਲੈ ਜਾਂਦੇ ਆਪਾਂ? 10 20 ਪਹਿਲੀ ਗੱਲ 20 ਬੌਂਸਰ ਆ 1000 ਰੁਪਿਆ ਦਿਹਾੜੀ ਆ 2000 ਰੁਪਿਆ 1.5 ਲੱਖ ਰੁਪਿਆ ਸੀ ਮੰਗਦੇ ਸਵਾ ਲੱਖ 1 30 1 40 ਅਸੀਂ ਜਾਣਦੇ ਆ। ਹੁਣ 40 ਬੌਂਸਰ ਲੈ ਗਏ ਮੰਨ ਲਓ। ਹੁਣ ਬੌਂਸਰ ਵੱਡੇ ਆ ਕਿ ਬਰਾਤ ਵੱਡੀ ਆ? ਹੂੰ ਸੋਚਣ ਵਾਲੀ ਗੱਲ ਆ ਨਾ ਬੌਂਸਰ ਵੱਡੇ ਕਿ ਬਰਾਤ ਵੱਡੀ ਆ? ਅਗਲੀ ਗੱਲ ਉਹ ਜਦੋਂ ਅਸੀਂ ਐਜਾ ਕੰਮ ਹੀ ਨਹੀਂ ਕਰਨਾ ਯਾਰ ਜਿਨ੍ਹਾਂ ਨੇ ਸਾਨੂੰ ਜਿਉਣਾ ਲਾਇਆ ਜਿਨ੍ਹਾਂ ਨੇ ਸਾਡੀ ਮਿੱਟੀ 'ਚ ਆਟਾ ਪਾਇਆ ਜਿਨ੍ਹਾਂ ਨੇ ਸਾਨੂੰ ਉੱਚ ਤੱਕ ਲੈ ਕੇ ਆਂਦਾ ਸਾਨੂੰ ਮਾਰਨ ਲਈ ਥੋੜੀ ਸੱਦਰਿਆ ਤਾਂ ਸਾਨੂੰ ਮੁਹੱਬਤ ਕਰਦੇ ਇਹ ਤਾਂ ਬਈ ਫੁਕਰਬਾਜੀ ਹੈ ਸੌਰੀ ਕਿਸੇ ਨੂੰ ਬੁਰਾ ਲੱਗੇ ਨਾ ਲੱਗੇ ਮੈਂ ਨਹੀਂ ਪਰਵਾਹ ਕਰਦਾ ਜਿੱਥੇ ਮੈਨੂੰ ਬੁਰਾ ਲੱਗੇ ਤਾਂ ਮੈਂ ਸਕੇ ਮਾਂ ਨੂੰ ਸਕੇ ਪਿਓ ਤਾਂ ਚਲੋ ਚਲੇ ਗਿਆ ਪਰ ਮੈਂ ਕਹਿ ਦਿੰਦਾ ਸੀ ਵੀ ਆ ਫੁਕਰਬਾਜੀ ਹੈ ਵੀ ਕੀ ਇੱਕ ਇੱਕ 5.5 ਫੁੱਟ ਦਾ ਬੰਦਾ ਮੈਚ ਤੁਰਦਾ 6-6 ਫੁੱਟ ਦੇ ਨਾਲ ਉਹ ਤੁਰੇ ਜਾਂਦਾ ਕੀ ਬਖਾਉਂ ਕਬਜਾਂ ਲੈਣ ਚੱਲੇ ਹੋ ਕਿ ਹਾਂ ਨਾ ਸੌਰੀ ਮੈਂ ਕੈਮਰਾ 'ਤੇ ਵੀ ਕਬਜਾਂ ਲੈਣ ਚੱਲੇ ਹਾਂ ਕੀ ਕਰਨ ਚੱਲੇ ਹੋ ਓ ਯਾਰ ਠੀਕ ਆ ਚਲੋ ਉਹਨਾਂ ਮੁੰਡਿਆਂ ਦਾ ਵਿਚਾਰਾਂ ਦਾ ਕਾਰੋਬਾਰ ਚੱਲਿਆ ਸਪਾਂਸਰਾਂ ਦਾ ਓਕੇ ਆ ਕਿਹਾਂ ਥਾਵਾਂ ਤੇ ਬਹੁਤ ਹੁਣ ਜਿਵੇਂ ਕੁੜੀਆਂ ਨੇ ਜਿਹੜੀਆਂ ਹਿੱਟ ਨੇਕ ਔਰ ਵੀ ਆ ਸੁਨੰਦਾ ਹੋ ਰਾ ਕੁੜੀਆਂ ਨੂੰ ਜ਼ਰੂਰ ਤਾਂ ਵੀ ਕੁੜੀ ਨਾਲ ਕੋਈ ਬਤਮੀਜ਼ੀ ਨਾ ਕਰਦੇ ਕੋਈ ਮੈਸੇਪਰੇਗਣਾ ਨਾ ਕਰਦੇ ਹੁਣ ਮੁੰਡਿਆਂ ਨਾਲ ਕੋਈ ਕੀ ਕਰ ਜੂਗਾ ਯਾਰ ਇਹ ਇਹਨਾਂ ਨਾਲ ਜਿਹੜੇ ਵੀ ਕੀ ਕਰ ਜੂਗਾ ਤੁਹਾਡੇ ਨਾਲ ਕੋਈ ਤੇ ਜਿੰਨੇ ਕਰਨਾ ਹੈ ਉਹ ਤੁਸੀਂ ਬਾਝੋਗੇ ਉਹਨਾਂ ਤੋਂ ਨਿਕਲ ਜਾਓਗੇ ਉਹਨਾਂ ਤੋਂ ਦੱਸੋ ਤੋਏ ਫੁਕਰਬਾਜੀ ਐ ਇਹਨਾਂ ਨੇ ਸਾਡੀ ਲਾਈਨ ਦਾ ਬੈਲੈਂਸ ਵਿਗਾੜਤਾ ਬੜੀ ਸੋਹਣੀ ਲਾਈਨ ਚੱਲਦੀ ਸੀ ਅੱਗੇ ਵੀ ਚੱਲੂਗੀ ਤੋਏ ਭਈ ਕਹ ਹਨੇਰੀ ਜੀ ਆ ਫੁਕਰਿਆ ਦੀ ਆਈ ਆ ਨਿਕਲ ਜੂਗੀ ਕੋਈ ਗੱਲ ਨਹੀਂ ਐਵੇਂ ਹਾਂ ਦੂਜੀ ਗੱਲੇ ਵੀ ਉਹਨੂੰ ਤੇ ਕੀ ਤਾ ਬੰਦਾ ਮਾਰਤਾ ਬੰਦਾ ਮਾਰ ਦੇਣਾ ਲੱਤ ਤੋੜਦੀ ਪਾਹ ਤੋੜਦੀ ਉਹ ਕਰਤਾ ਐ ਕੁਝ ਨਹੀਂ ਭਈ ਇਹਦੇ ਗੀਤ ਜੱਡ ਛੱਡ ਅਗਲੀ ਗੱਲ ਕਰ ਛੱਡੋ ਚਲੋ ਸੰਧੂ ਭਾਈ ਹੁਣ ਨਾ ਆਪਾਂ ਰਾਜ ਬਰਾੜ ਵਾਲੇ ਗੱਲ ਕਰਨੀਆਂ ਹਾਂਜੀ ਤੁਹਾਡਾ ਬਹੁਤ ਕਲੋਜ਼ ਮਿੱਤਰ ਸੀ ਨਹੀਂ ਮਿੱਤਰ ਨਹੀਂ ਮੇਰੇ ਉਸਤਾਦ ਜੀ ਉਸਤਾਦ ਜੀ ਹਾਂ ਉਸਤਾਦ ਜੀ ਸੀ ਤੁਹਾਡੇ ਹਨਾ ਹਾਂਜੀ ਰਾਜ ਬਰਾੜ ਦਾ ਇਸ ਦੁਨੀਆ ਤੋਂ ਚਲੇ ਜਾਣਾ ਉਹਦੇ ਜਿੰਨੇ ਵੀ ਚਾਹਣ ਵਾਲੇ ਆ ਉਹਨਾਂ ਦੇ ਲਈ ਬੜਾ ਦੁਖਦਾਈ ਸੀ ਹਨਾ ਜੀ ਕੀ ਤੁਹਾਨੂੰ ਲੱਗਦਾ ਰਾਜ ਬਰਾੜ ਦੀ ਲਾਈਫ ਹੀ ਕਿੱਦਾਂ ਦੀ ਸੀ ਜਿਹਦੇ ਕਰਕੇ ਉਸ ਦੁਨੀਆ ਤੋਂ ਚਲੇ ਗਿਆ ਕੀ ਉਹ ਭਾਜੀ ਕਲਚਰ ਦਾ ਸ਼ਿਕਾਰ ਹੋ ਗਿਆ ਸੀ ਉਹਦੇ ਨਾਲ ਦੇ ਉਹਨੂੰ ਭਾਜੀ ਭਾਜੀ ਕਰਦੇ ਸੀ ਕੀ ਚੱਕਰ ਸੀ ਰਾਜ ਬਰਾੜ ਆ ਜਿਹੜਾ ਉਹ ਕਿਉਂ ਨਹੀਂ ਦਾਰੂ ਨੂੰ ਛੱਡ ਪਾਇਆ ਜਿਹਦੇ ਕਰਕੇ ਉਹਨੂੰ ਇਸ ਦੁਨੀਆ ਤੋਂ ਜਾਣਾ ਪਿਆ ਕੀ ਮੰਨਦੇ ਹੋ ਤੁਸੀਂ ਰਾਜ ਬਰਾੜ ਜਿਹੜਾ ਹਣੀ ਸਿੰਘ ਨੂੰ ਇਸ 뮤직 ਇੰਡਸਟਰੀ ਦੇ ਵਿੱਚ ਲੈ ਕੇ ਆਉਣ ਵਾਲਾ ਡਿਊਟ ਨੂੰ ਦੁਬਾਰਾ ਸਟਾਰਟ ਕਰਨ ਵਾਲਾ ਰਾਜ ਬਰਾੜਾ ਕੀ ਲੱਗਦਾ ਤੁਹਾਨੂੰ ਰਾਜ ਬਰਾੜ ਐਕਸਪੈਰੀਮੈਂਟ ਵੱਡੇ ਵੱਡੇ ਕੀਤੇ ਰਾਜ ਬਰਾੜ ਨੇ ਪਰ ਰਾਜ ਬਰਾੜ ਇਸ ਦੁਨੀਆ ਤੋਂ ਚਲਾ ਗਿਆ ਉਹਦੀ ਉਹ ਆਪਣੀ ਲਾਈਫ ਸਟਾਈਲ ਨੂੰ ਚੇਂਜ ਕਿਉਂ ਨਹੀਂ ਕਰ ਪਾਇਆ ਅੱਛਾ ਗਿਲਸਾਪਾਪਾ ਨੇ ਇੱਕ ਇੰਟਰਵਿਊ ਪਹਿਲਾਂ ਵੀ ਕੀਤੀ ਸੀ ਇਹ ਦੂਪਹਿਰ ਹੂੰ ਤੇ ਵੈਸੇ ਤਾਂ ਆਪਾਂ ਮਿਲਦੇ-ਗਿਲਦੇ ਹੀ ਆ ਨਾ ਰਿਸ਼ਤਦਾਰੀਆਂ ਚੋਂ ਰਿਸ਼ਤਦਾਰੀਆਂ ਤੁਹਾਨੂੰ ਮੈ ਕਦੀ ਫੁਕਰਾਂ ਲੱਗਿਆ ਨਹੀਂ ਤੁਹਾਨੂੰ ਲੱਗਦਾ ਜੇ ਮੈਂ ਫੁਕਰਾਂ ਨਹੀਂ ਤਾਂ ਰਾਜ ਬਰਾੜ ਫੁਕਰਾਂ ਹੋਊਗਾ ਨਹੀਂ ਫਿਰ ਪਾਜੀ ਕਲਚਰ ਦਾ ਸ਼ਕਾਰ ਤਾਂ ਨਹੀਂ ਹੋਏਗੇ ਕੀ ਹੋਇਆ ਕੀ ਨਹੀਂ ਹੋਇਆ ਇਹ ਰੱਬ ਜਾਣਦਾ ਜਾਂ ਰਾਜ ਬਰਾੜ ਜੀ ਜਾਣਦੇ ਆ ਔਖਾ ਉਹਨਾਂ ਦੇ ਬੱਚਿਆਂ ਲਈ ਸਰਵਾਈਵ ਕਰਨਾ ਫੈਮਿਲੀ ਲਈ ਸਰਵਾਈਵ ਕਰਨਾ ਪਰ ਰਾਜ ਬਰਾੜ ਦੇ ਮਰਨ ਨਾਲ ਘੱਟੋ ਘੱਟ 50 ਸੰਧੂ ਸਰਜੀਤ ਮਰੇ ਆ ਤੇ 50 ਸਰਜੀਤ ਪੁੱਲ ਰਮਰੇ ਆ 50 ਹਣੀ ਸਿੰਘ ਮਰੇ ਆ ਘੱਟੋ ਘੱਟ ਜਿੰਨੇ ਬੰਦੇ ਉਹਨੇ ਰਿਕਾਰਡ ਕੀਤੇ ਨਾ 50 50 ਮਰੇ ਆ ਰਾਜ ਬਰਾੜ ਕੈਸੀ ਚੀਜ਼ ਸੀ ਯਾਰ ਭਈਆ ਐਸੀ ਚੀਜ਼ ਸੀ ਉਹ ਮੈਗਨਟ ਸੀ ਉਹਨੂੰ ਜਿੱਥੇ ਲੱਗ ਮੈਗਨੇਟ ਨੂੰ ਜਿੱਥੇ ਗਿਆ ਲੋਹਾ ਤਾਂ ਖਿੱਚ ਨਹੀਂ ਲਿਆਉਂਦਾਗਾ ਉਹ ਮੈਗਨੇਟ ਸੀ ਉਹਨੂੰ ਐ ਨਹੀਂ ਸੀ ਮੇਰਾ ਨਾਂ ਕਿਉਂ ਆਉਣਾ ਚਾਹੀਦਾ ਉਹਨਾਂ ਦੀਆਂ ਦੋ ਤਿੰਨ ਟਿੱਪ ਐਸ ਜਿਹੀਆਂ 12 ਗੀਤ 8 ਗੀਤ 10 ਗੀਤ ਉਹਨਾਂ ਦਾ ਆਪਦਾ ਇੱਕ ਵੀ ਗੀਤ ਨਹੀਂ ਸੀ ਉਹਦੇ 'ਚ ਜਦੋਂ ਕਿ ਬੜੇ ਅੱਛੇ ਗੀਤਕਾਰ ਸੀ ਉਹ ਮੈਗਨੇਟ ਸੀ ਜਿੱਥੇ ਉਹਨੂੰ ਲੱਗਦਾ ਸੀ ਨਾ ਮੈਂ ਅੱਛਾ ਗੀਤਕਾਰ ਆ ਕਿੱਚ ਲਿਆਉਂਦੇ ਸੀ ਉਹ ਟੈਲੈਂਟ ਨੂੰ ਉਹ ਕਰਦੇ ਸੀ ਪਤਾ ਨਹੀਂ ਕੀ ਹਾਲਾਤ ਬਣੇ ਕੀ ਨਹੀਂ ਪਰ ਭਾਜੀ ਕਲਚਰ ਦੇ ਸ਼ਿਕਾਰ ਨਹੀਂ ਹੋਏ ਉਹ ਬੜੇ ਪਿਆਰੇ ਇਨਸਾਨ ਸੀ ਕੀ ਹੋਇਆ ਕੀ ਨਹੀਂ ਇਹ ਉਹ ਜਾਣਦੇ ਜਾਂ ਰੱਬ ਜਾਣਦਾ ਜਾਂ ਉਹਨਾਂ ਨੇ ਲਿਖੀ ਹੀ ਨਹੀਂ ਮੈਂ ਤਾਂ ਮੈਂ ਤਾਂ ਮੇਰਾ ਬੇਟਾ 1 ਸਾਲ ਦਾ ਹੋਇਆ ਸੀ ਜਦੋਂ ਬਾਈ ਜੀ ਪੂਰੇ ਹੋਇਆ ਬਾਈ ਜੀ ਦਾ ਅ ਦਸੰਬਰ ਲਾਸਟ ਨੂੰ ਡੈਥ ਹੋਈ ਆ ਤੇ 1 ਜਨਵਰੀ ਨੂੰ ਬੇਟੇ ਦਾ ਬਰਥਡੇ ਸੀਗਾ ਅ 2-3 ਸਾਲ ਮੈਂ ਬਰਥਡੇ ਨਹੀਂ ਮਨਾਇਆ ਫਿਰ ਮਨਾਉਣ ਲੱਗ ਗਿਆ ਹੌਲੀ-ਹੌਲੀ ਫਿਰ ਮੈਨੂੰ ਐ ਵੀ ਲੱਗਿਆ ਯਾਰ ਵੀ ਜੋ ਰੱਬ ਦੀ ਮਰਜ਼ੀ ਮੈਂ ਬਹੁਤ ਜੁੜਿਆ ਸੀ ਤੁਸਰ ਰੀਤ ਨੂੰ ਕੀ ਘਟਾ ਪੈਂ ਮੈਂ ਮੈਂ ਦੱਸਦਾ ਮੈਂ ਉਹੀ ਤਾਂ ਮੈਂ ਉੱਥੇ ਆ ਰਿਹਾ ਵੀ ਮੈਂ ਉਹਨਾਂ ਨਾਲ ਬਹੁਤ ਜੁੜਿਆ ਸੀਗਾ ਪਰ ਯਾਰ ਕਾਟਾ ਪਤਾ ਕੀ ਕੁਝ ਕੁਝ ਵੀ ਨਵਾਂ ਲਿਖ ਲਿਆ ਕੁਝ ਨਵਾਂ ਕੰਪੋਜ਼ ਕਰ ਲਿਆ ਕੋਈ ਨਵੀਂ ਪਲਾਨਿੰਗ ਬਰਾੜ ਸਾਹਿਬ ਨੂੰ ਇੱਕੋ ਇੱਕ ਵੇ ਹੁੰਦਾ ਸੀ ਵੀ ਜਹ ਜੀ ਰੱਬ ਨਾਲ ਗੱਲ ਕਰ ਲਈ ਜਹ ਜੀ ਬਰਾੜ ਸਾਹਿਬ ਨਾਲ ਗੱਲ ਕਰ ਲਈ ਉਹਨਾਂ ਨੇ ਆ ਗਾਲ ਕੱਢ ਹਰ ਇੱਕ ਨੂੰ ਨਹੀਂ ਕੱਢਦੇ ਸੀ ਉਹ ਮੈਂ ਉਹਨਾਂ ਨਾਲ ਰਿਹਾ 1.5 ਸਾਲ ਰਿਹਾ ਹਰ ਇੱਕ ਨੂੰ ਨਹੀਂ ਗਾਲ ਕੱਢਦੇ ਸੀ ਪਰ ਜਦੋਂ ਕਿਤੇ ਆ ਜਾਂਦਾ ਉਹ ਸਾਲਿਆ ਆਇਆ ਨਹੀਂ ਜਾਂਦਾ ਆ ਜਾਂਦਾ ਹੈ ਇਹ ਨਿੱਕੀ ਜਿਹੀ ਗੱਲ ਨੂੰ ਐਸਾ ਕਰਦਾ ਬੋ ਜੀ ਬਹੁਤ ਪਿਆਰੀ ਚੀਜ਼ ਸੀ ਉਹਨਾਂ ਨੂੰ ਨਹੀਂ ਸੀ ਜਾਣਾ ਚਾਹੀਦਾ ਚਲੇ ਗਏ ਕੋਈ ਬੰਦ ਕਰ ਲੀ ਕੈਮਰਾ ਬਾਅਦ ਚ ਗੱਲ ਕਰਦੇ ਆ ਥੋੜਾ 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 ਬ੍ਰੇਕ ਲਾ ਲੀਏ ਦੇਖ ਲੈਣੇ ਚਲੋ ਅਸੀਂ ਤੁਹਾਡੀ ਭਾਵਕਤਾ ਨੂੰ ਸਮਝ ਸਕਦੇ ਆ ਕਿਉਂਕਿ ਰਾਜਬਰਾੜ ਸ਼ਖਸੀਅਤ ਹੀ ਐਸੀ ਸੀਗੀ ਜਿਹੜੀ ਹਰ ਬੰਦੇ ਨੂੰ ਚੰਗੀ ਲੱਗਦੀ ਸੀਗੀ ਔਰ ਮੈਨੂੰ ਲੱਗਦਾ ਭਾਵਕ ਹੋ ਗਏ ਬਾਈ ਸੋ ਬਾਈ ਕੋਈ ਗੱਲ ਨਹੀਂ ਆਓ ਆਪਾਂ ਗੱਲਬਾਤ ਕਰਦੇ ਅੱਗੇ ਜਾਰੀ ਰੱਖਦੇ ਕੋਈ ਚੱਕਰ ਨਹੀਂ ਸੋ ਆਪਾਂ ਗੱਲ ਕਰੀਏ ਰਾਜਬਰਾੜ ਨੇ ਜਿਵੇਂ ਇਸ ਤਰ੍ਹਾਂ ਨਾ ਬਹੁਤ ਜ਼ਿਆਦਾ ਐਕਸਪੈਰੀਮੈਂਟ ਕੀਤੇ ਸੀਗੇ ਡਿਊਡ ਦੁਆਰਾ ਲੈ ਕੇ ਆਏ ਸੀ ਹਣੀ ਸਿੰਘ ਨੂੰ 뮤직 ਯੂਨੀਵਰਸਿਟੀ ਦੇ ਵਿੱਚ ਸਟੈਬਲਿਸ਼ ਕੀਤਾ ਹਨਾ ਔਰ ਰਾਜਬਰਾੜ ਦੀ ਕੰਟਰੋਵਰਸੀ ਵੀ ਬਹੁਤ ਹੋਈ ਇਸੇ ਤਰ੍ਹਾਂ ਨਾ ਤੁਹਾਡੀ ਇੱਕ ਕੰਟਰੋਵਰਸੀ ਹੋਈ ਸੀ ਸਿੰਘੋ ਸਰਦਾਰੋ ਵਾਲੇ ਗੀਤ ਤੇ ਹਨਾ ਵੀ ਮੈਂ ਨਾ ਜਲਸਾਬ ਉਸ ਗੱਲ ਤੇ ਬਾਅਦ ਚ ਆਉਣਾ ਪਹਿਲੀ ਗੱਲ ਇਹ ਵੀ ਕਲ ਕਿਉਂ ਪਰਾਂ ਦਾ ਰੋ ਕਿਉਂ ਪਈਦਾ ਵੀ ਜਦੋਂ ਆ ਕੇ ਦੱਸੀ ਤੇ ਨਾ ਅਸੀਂ ਫਿਰੋਜ਼ਪੁਰ ਤੋਂ ਆਏ ਆ ਮੋਗੇ ਤੋਂ ਆਏ ਆ ਫਰੀਦਕੋਟ ਤੋਂ ਆਏ ਆ ਤੇ ਲੋਕੀਂ ਚਾਹ ਦਾ ਕੱਪ ਹੱਥੋਂ ਹੋਂ ਤੱਕ ਜਾਂਦੇ ਸੀ ਚੰਡੀਗੜ੍ਹ ਬੀ ਬੈਕਵਰਡ ਇਜ਼ ਯੂ ਚੋਇਸ ਹੈ ਇੱਕ ਹੀ ਗਾਉਣਗੇ ਇੱਕ ਹੀ ਲਿਖਣਗੇ ਇੱਕੋ ਇੱਕ ਰਾਜਬਰਾਟ ਸੀ ਜਿਹਨੇ ਸਾਨੂੰ ਬੈਨ ਲਈ ਜਗਾ ਦਿੱਤੀ ਸੀ ਇੱਥੇ ਸਾਨੂੰ ਅੱਗੇ ਜਾਣ ਦਾ ਮੌਕਾ ਦਿੱਤਾ ਤਾਂ ਉਹ ਹੋ ਗਿਆ ਚਲੋ ਹਾਂ ਹੁਣ ਆਪਾਂ ਸਿੰਘੋ ਵੇ ਸਰਦਾਰੋਂ ਤੇ ਆਉਣੇ ਆ ਹਾਂ ਸਿੰਘੋ ਸਰਦਾਰੋਂ ਤੁਹਾਡਾ ਇੱਕ ਗੀਤ ਆਇਆ ਸੀ ਉਹਦੇ ਤੇ ਬੈਨ ਲੱਗ ਗਿਆ ਸੀ ਹਨਾ ਹਾਂਜੀ ਕੀ ਕਾਰਨ ਸੀਗਾ ਵੀ ਸੰਧੂ ਸਰਜੀਤ ਨੇ ਇੰਨਾ ਕੀ ਕਿਹੜਾ ਸੱਚ ਲਿਖਤਾ ਸੀ ਉਸ ਗੀਤ ਦੇ ਵਿੱਚ ਵੀ ਸਰਕਾਰਾਂ ਨੂੰ ਬੈਨ ਲਾਉਣਾ ਪਿਆ ਔਰ ਸਾਡੇ ਚੈਨਲ ਤੇ ਕੋਈ ਵੀ ਗੀਤ ਤੇ ਬੈਨ ਨਹੀਂਗਾ ਉਦਿਆਂ ਸਾਈ ਵੀ ਗਾਓ ਉਹਦਾ ਅੰਤਰਾ ਵੀ ਗਾਓ ਆਪਾਂ ਪਿਛਲੀ ਇੰਟਰਵਿਊ ਵਿੱਚ ਵੀ ਗੱਲ ਕੀਤੀ ਸੀ ਹੁਣ ਵੀ ਕਰਾਂਗੇ ਔਰ ਉਸ ਗੀਤ ਨੂੰ ਮੈਨੂੰ ਲੱਗਦਾ ਵਿਦੇਸ਼ਾਂ ਦੇ ਵਿੱਚ ਸਭ ਤੋਂ ਵੱਧ ਪਿਆਰ ਮਿਲਿਆ ਅੱਛਾ ਗਿਲ ਸਾਹਿਬ ਮੇਰੀ ਖੁਸ਼ਕਿਸਮਤੀ ਹੈ ਮੈਂ ਬੜਾ ਵੱਡਾ ਬੜਾ ਹੈਟ ਸਿੰਗਰ ਤਾਂ ਨਹੀਂ ਆ ਮੇਰੀ ਖੁਸ਼ਕਿਸਮਤੀ ਹੈ ਮੇਰੇ ਮੇਰੀ ਜ਼ਿੰਦਗੀ ਦੇ ਗੀਤ ਹੋਣਗੇ 40 50 ਹੱਦ ਹੱਦ ਸੱਟ ਤੇ ਮੇਰੇ ਤਿੰਨ ਗੀਤ ਬੈਨ ਹੋਏ ਆ ਆਏ ਆ ਐਵਰੇਜ ਦੇਖੋ ਜੱਟ ਦੀ ਹਣਾ ਪਹਿਲਾ ਬੈਨ ਹੋਇਆ ਸੀ ਸਿੱਖੋ ਵੇ ਸਰਦਾਰੂ ਉਹ ਸੀਗਾ ਹਾਂ ਸੁਣੋ ਸਿੱਖੋ ਵੇ ਸਰਦਾਰੋ ਵੇ ਆਪੇ ਆਪਣੇ ਪੁੱਤ ਨਾ ਮਾਰੋ ਥੋੜਾ ਸੋਚੋ ਫੇਰ ਵਿਚਾਰ ਹੋਵੇ ਕੌਣ ਲੜਾਈ ਜਾਂਦਾ ਵੇ ਕੋਈ ਰਾਜ ਭਾਗ ਦੀ ਖਾਤਰ ਵੰਡੀਆਂ ਪਾਈ ਜਾਂਦਾ ਏ ਦਸਮੇਸ਼ ਪਿਤਾ ਇਸ ਕੌਮ ਦੀ ਖਾਤਰ ਕੁੱਲ ਸਰਬੰਸ ਲੁਟਾਇਆ ਅੱਜ ਕੱਲ ਕਲਗੀ ਲਾ ਕੇ ਪੈਂਦਾ ਐ ਐਸਾ ਬਾਬਾ ਆਇਆ ਕੋਇ ਨੂੰ ਪੁੱਛਿਆ ਤੂੰ ਕਿਦੇ ਲਈ ਕਿਹੜਾ ਪੁੱਤ ਮਰਵਾਇਆ ਉਹ ਕਹਿੰਦਾ ਮੈਂ ਰੱਬ ਦਾ ਬੱਚਾ ਰੱਬ ਦੇ ਘਰ ਚੋਂ ਹੀ ਆਇਆ ਉਹ ਖਾਂਦਾ ਮੂੰਹ ਸ਼ਰਮਾਉਂਦੀਆਂ ਅੱਖਾਂ ਉਹਦੇ ਵੀ ਸ਼ਰਧ ਹਲੂ ਲੱਖਾਂ ਹਉ ਵੇਖੋ ਕਲੀ ਖਿੜੀ ਵਿੱਚ ਕੱਖਾਂ ਕੋਈ ਪਾਣੀ ਪਾਈ ਜਾਂਦਾ ਏ ਕੋਈ ਰਾਜ ਭਾਗ ਦੀ ਖਾਤਰ ਵੰਡੀਆਂ ਪਾਈ ਜਾਂਦਾ ਏ ਅੱਛਾ ਗੱਲ ਸਾਬ ਹਾਂਜੀ ਨਿੱਕਾ ਜਿਹਾ ਹੋਰ ਸੁਣਾਉਂਗਾ ਜੀ ਸਟੇਜ ਤੇ ਕੋਨੇ ਹੁੰਨੇ ਆ ਵੀ ਇੱਕ ਦਿਨ ਨਾ ਬੱਚੇ ਹੈ ਨਹੀਂ ਸੀ ਮੈਂ ਕੱਲਾ ਸੀ ਕਰੇ ਤੇ ਚੈਨ ਨਾਲ ਬਦਲਦੇ ਆ ਬਦਲਦੇ ਨਾ ਇੱਕ ਇੱਕ ਗੱਲ ਆ ਗਈ ਸਾਹਮਣੇ ਕੀ ਆਈ ਕਿ ਸਾਡੇ ਟੀਵੀ ਤੇ ਇੱਕ ਬਾਬਾ ਆਇਆ ਸੀ ਸਾਹਮਣੇ ਜੀ ਨੇ ਕਾਫੀ ਮੁਲਕ ਬਠਾਇਆ ਸੀ ਉਹਨਾਂ ਦਸ ਕੁ ਬੀਬੀਆਂ ਆਪੇ ਹੀ ਰੱਖੀਆਂ ਰੋਣ ਲਈ ਓਏ ਬਾਬਾ ਜੀ ਦੀ ਝੂਠੀ ਸ਼ਾਨ ਬਣਾਉਣ ਲਈ ਤੇ ਮੇਰੀ ਬੈਂਕ ਚ ਪੈਸੇ ਪਾ ਦਿਓ ਨਹੀਂ ਮੇਰੀ ਬੈਂਕ ਚ ਪੈਸੇ ਪਾ ਦਿਓ ਤਾਂ ਲੱਗ ਕੋਈ ਹੋ ਜਾਊਗੀ ਹੱਥ ਹਲਾ ਕੇ ਕਹਿੰਦਾ ਕਿਰਪਾ ਹੋ ਜਾਊਗੀ ਇਹਨੂੰ ਰਿਕਾਰਡ ਕਰਾ ਕਿਰਪਾ ਹੋ ਜਾਊਗੀ ਬਹੁਤ ਵਧੀਆ ਭਾਈ ਸੱਚ ਗਾਉਣਾ ਤੇ ਸੱਚ ਲਿਖਣਾ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਔਖਾ ਹੈ ਤੇ ਸੰਧੂ ਸਰਜੀਤ ਨੂੰ ਕਦੇ ਸਰਕਾਰੀ ਦਰਬਾਰੇ ਕਾਲ ਆਈ ਆ ਵੀ ਕਾਕਾ ਇਹ ਕੀ ਲਿਖੀ ਜਨਾ ਸੁਧਰ ਜਾ ਛੱਡੋ ਆਈ ਜਿਵੇਂ ਪ੍ਰਕਾਸ਼ ਸਿੰਘ ਵਾਦਲ ਨੇ ਕਿਹਾ ਹੁੰਦੇ ਅ ਮੈਨੂੰ ਤਾਂ ਪਤਾ ਨਹੀਂ ਨੋ ਕਮੈਂਟ ਬਸ ਨੋ ਕਮੈਂਟ ਚਲੋ ਤੇ ਭਾਈ ਹੁਣ ਆਪਾਂ ਨਾ ਅ ਥੋੜਾ ਜਿਹਾ ਹੋਰ ਅੱਜ ਕੱਲ ਦੀ ਗਾਇਕੀ ਦੀ ਗੱਲ ਕਰਾਂਗੇ ਜੋ ਅੱਜ ਕੱਲ ਚੱਲ ਰਿਹਾ ਕਿਉਂਕਿ ਸੰਤੂ ਸਰਜੀਦੀ ਆਪਾਂ ਜਨਰੀ ਟੇਪ ਤੋਂ ਗੱਲ ਕਰੀਏ ਉਸ ਤੋਂ ਬਾਅਦ ਹੋਰ ਕਈ ਗੀਤ ਆਏ ਮਿਰਜਾ ਮੈ ਮੈਨੂੰ ਪਤਾ ਹੋਰ ਕਈ ਪੁੱਠਿਆਂ ਕਮਾਂ ਦਾ ਸ਼ੌਕੀ ਬੜੇ ਹਿੱਟ ਹੋਏ ਹਨ ਪਰ ਅੱਜ ਦੇ ਸਮੇਂ ਦੀ ਗਾਇਕੀ ਨੂੰ ਕਿਵੇਂ ਵੇਖਦੇ ਹੋ ਉਸ ਟਾਈਮ ਤੇ ਟੇਪ ਆਉਂਦੀ ਹੁੰਦੀ ਸੀ ਖਾੜੇ ਬੁੱਕ ਹੁੰਦੇ ਸੀ ਦੂਰਦਰਸ਼ਨ ਦੀ ਐਡ ਹੁੰਦੀ ਸੀ ਟੇਪ ਵੇਖਦੀ ਹੁੰਦੀ ਸੀ ਪਤਾ ਲੱਗਦਾ ਸੀ ਵੀ ਗਾਇਕ ਕਿਨੇ ਕ ਪਾਣੀ ਚੋਂ ਆ ਪਰ ਅੱਜ ਕੱਲ ਵਿਊਆਂ ਵਾਲੀ ਦੌੜ ਆ ਅੱਤ ਬੰਬ ਗਦਰ ਘੈਂਟ ਇਹੋ ਜਿਹੇ ਕਮੈਂਟ ਆ ਜਿਹੜੇ ਪਤਾ ਨਹੀਂ ਹੁੰਦੇ ਆ ਪਤਾ ਨਹੀਂ ਕਰਾਏ ਜਾਂਦੇ ਆ ਮਿਲੀਅਨ ਦੇ ਵਿੱਚ ਗੀਤ ਹੋ ਜਾਂਦਾ ਇਸ ਦੌਰ ਨੂੰ ਕਿਵੇਂ ਵੇਖਦੇ ਹੋ ਸੰਧੂ ਸਰਜੀਤ ਨੂੰ ਮਿਲੀਅਨ ਕਮੈਂਟ ਜਿਹੜੇ ਆ ਜਾਂ ਮਿਲੀਅਨ ਜਿਹੜੇ ਵਿਊ ਚਾਹੀਦੇ ਆ ਕਿ ਪ੍ਰੋਗਰਾਮ ਚਾਹੀਦੇ ਨਾ ਗੱਲ ਸਭ ਕੋਈ ਵਿਊ ਨਹੀਂ ਚਾਹੀਦਾ ਉਹ ਜੋ ਹੋ ਰਿਹਾ ਠੀਕ ਆ ਅਗਲੀ ਗੱਲ ਇਹ ਐ ਵੀ ਵਿਊ ਰੋਟੀ ਨਹੀਂ ਦਿੰਦੇ ਹੂੰ ਰੋਟੀਆਂ ਅਖਾੜੇ ਨੇ ਦੇਣੀ ਆ ਹੂੰ ਅਗਲੀ ਗੱਲ ਇਹ ਐ ਵੀ ਇਹ ਸਭ ਝੂਠੀ ਦੀ ਸ਼ਾਨੋ ਸ਼ੌਕਤ ਆ ਕੀ ਲੈਣਾ ਇੰਤੋ ਵਾਜੀ ਸੋਹਣੀ ਜ਼ਿੰਦਗੀ ਚੱਲ ਰਹੀ ਬੜਾ ਪਿਆਰ ਦਿੰਦੇ ਆ ਸਰੋਤੇ ਥੋੜੇ ਐ ਬਾਲੇ ਐ ਪਤਾ ਨਹੀਂ ਹਜੇ ਤੱਕ ਤਾਂ ਐਂ ਜੇ ਲੱਗਦਾ ਵੀ ਅਸੀਂ ਛੋਟੇ ਜੇ ਸਿੰਗਰ ਆ ਤੇ ਰੱਬ ਵੱਡੇ ਨਾ ਹੀ ਬਣਾਵੇ ਵੱਡੇ ਦੁਨੀਆ ਚ ਬਣਾਵੇ ਦਿਮਾਗੋਣਾ ਬਣਾਵੇ ਨਹੀਂ ਬਹੁਤ ਆ ਪਰ ਕੁਛ ਨਹੀਂ ਅਜੇ ਚਾ ਮੈਂ ਵੀਉ ਆਣਾ ਤਾਂ ਉਹ ਖੇਡ ਆ ਮੈਂ ਇੱਕ ਲਾਸਟ ਨਿੱਕੀ ਜੀ ਗੱਲ ਸੌਰੀ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਵੀ ਇੱਕ ਦਿਨ ਮੈਂ ਇੱਕ ਕਲਾਕਾਰ ਦੇ ਵੀਉ ਦੇਖੇ ਸੀਗੇ ਉਹਦੇ ਸੀਗੇ 1000 ਕਰੋੜ ਵੀਉ ਹੂੰ ਤੇ ਮੈਂ ਉਸ ਤੋਂ ਬਾਅਦ ਮੈਨੂੰ ਸ਼ੰਕਾ ਪੈ ਗਿਆ ਮੇ ਆਬਾਦੀ ਫਰੋਲੀ 784 ਦੇ 83 ਕਰੋੜ ਟੋਟਲ ਆਬਾਦੀ ਸੀ 784 ਟੋਟਲ 1000 ਕਰੋੜ ਵੀਉ ਆ ਹੁਣ ਮੈਨੂੰ ਲੱਗਦਾ ਵੀ ਏਲੀਅਨ ਵੇਖਣ ਲੱਗ ਗਏ ਆਪਣੇ ਗੀਤ ਆਪਾਂ ਨੂੰ ਐਡ ਵਧਾਉਣੀ ਚਾਹੀਦੀ ਆ एलियन ਵੇਖਣ ਲੱਗੇ ਕੋਈ એલિયન ਦੇ ਨਾਲ ਕੋਈ ਹੋਰ ਵੀ ਹੋਊਗਾ। ਵੀ 1000 ਕਰੋੜ ਦੀ ਉਹ 784 ਟੋਟਲ ਦੁਨੀਆ ਦੀ ਆਬਾਦੀ। ਮੈਨੂੰ ਲੱਗਦਾ ਚੰਦਰਮਾ ਤੋਂ ਕੋਈ ਨਾ ਕੋਈ ਉੱਥੋਂ ਵੇਖ ਬੈਠਾ ਜਿਹੜਾ YouTube ਖੋਲੀ ਬੈਠਾ ਹੈ ਨਾ ਤੇ ਬਾਈ ਹੁਣ ਨਾ ਪੁੱਠਿਆਂ ਕਮਾਂ ਦਾ ਸ਼ੌਂਕੀ। ਹਾਂਜੀ। ਇਹ ਗੀਤ ਦਾ ਆਈਡੀਆ ਕਿਵੇਂ ਆਇਆ? ਵੀ ਉਹ ਗੀਤ ਇੰਨਾ ਵਾਇਰਲ ਹੋਇਆ ਕਿਸੇ ਨੇ ਕੋਈ ਨਾ ਕੋਈ ਪੁੱਠਾ ਪੰਗਾ ਲੈਣਾ ਹੁੰਦਾ ਤੇ ਉਹ ਗੀਤ ਪਿੱਛੇ ਲਾ ਦਿੰਦਾ ਵੀ ਜੱਟ ਪੁੱਠਿਆਂ ਕਮਾਂ ਦਾ ਸ਼ੌਂਕੀ ਆ। ਮੈਨੂੰ ਲੱਗਦਾ ਪੰਜਾਬ ਦੇ ਅੱਧੇ ਮੁੰਡਿਆਂ ਨੂੰ ਤੁਸੀਂ ਪੁੱਠੇ ਕੰਮੀ ਲਾਤਾ। ਨੇ ਤਾਂ ਵਾਈਕਰ ਨੇ ਮੈਨੂੰ ਰੋਟੀ ਦੇਣੀ ਸੀ ਮੈਨੂੰ ਚੰਗੀ ਰੋਟੀ ਦੇਣੀ ਸੀ ਸੋਹਣੀ ਰੋਟੀ ਦੇਣੀ ਮੈਨੂੰ ਇਹ ਗੀਤ ਦਿੱਤਾ ਔਰ ਖਾਰਿਆ ਮੈਂ ਉਸ ਗੀਤ ਦਾ ਦਿੱਤਾ ਹਾਂ ਹਾਂ ਮੈਂ ਸੁਣਾ ਦਿੰਨਾ ਪਰ ਉਹ ਹੈ ਵੀ ਹਾਂ ਪੁੱਠੇ ਕੰਮ ਉਹੋ ਜਿਹੜੇ ਆਪਣੇ ਮਾਲਵੇਲਾਂ ਦੇ ਕਹਿੰਦੇ ਪਾਪੇ ਨੂੰ ਚੰਗੇ ਨਹੀਂ ਲੱਗਦੇ ਬਾਪੂ ਨੂੰ ਚੰਗੇ ਨਹੀਂ ਲੱਗਦੇ ਆਦਰਵਾਈਜ਼ ਪੁੱਠੇ ਕੰਮ ਨਹੀਂ ਸੀਗਾ ਹੋ ਦੁਨੀਆ ਕਰਾ ਲੈ ਝੂਠੇ ਲੱਖ ਪਰਚੇ ਐਵੇਂ ਹੀ ਹੁੰਦੇ ਰਹਿਣਗੇ ਯਾਰਾਂ ਦੇ ਚਰਚੇ ਭਾਵੇਂ ਪਿੰਡ ਦਾ ਵਿਚਾਲੇ ਚੌਕੀਆਂ ਨਹੀਂ ਜੱਟ ਪੁੱਟਿਆਂ ਕੰਮਾਂ ਦਾ ਪੁੱਟਿਆਂ ਕੰਮਾਂ ਦਾ ਸ਼ੌਂਕੀ ਹੈ ਹੁਣ ਸੌਰੀ ਮੈਂ ਵਿੱਚੋਂ ਕੱਟ ਕੇ ਬੋਲ ਰਿਹਾ ਇਹਦੇ ਐਕਚੁਅਲ ਚ ਮੈਂ ਸਟੇਜ ਤੇ ਜੋ ਗਾਣਾ ਉੱਤੇ ਕੰਮ ਹੋਰ ਹੈ ਹੂੰ ਬੱਕਰੀ ਦੇ ਪੈਰੀ ਪਾਈਆਂ ਚਾਂਦੀ ਦੀਆਂ ਝਾਂਜਰਾਂ ਹਨ ਨੱਚਦੀਕ ਪੱਤੀ ਵੇਖੋ ਮਾਧੂਰੀ ਦੇ ਵੰਗਰਾ ਉਹ ਬੱਕਰੀ ਦੇ ਪੈਰੀ ਪਈਆਂ ਚਾਂਦੀ ਦੀਆਂ ਝਾਂਜਰਾਂ ਨੱਚਦੀਕ ਪੱਤੀ ਵੇਖੋ ਮਾਧੂਰੀ ਦੇ ਵੰਗਰਾ ਨਿਤ ਲੱਗਦੀ ਰਾਤ ਨੂੰ ਚੌਂਕੀਆਂ ਨਹੀਂ ਜੱਟ ਪੁੱਠਿਆਂ ਕੰਮਾਂ ਦਾ ਸ਼ੌਂਕੀ ਹੈ ਆਹ ਕੀ ਬਾਤ ਆ ਤੇ ਭਾਈ ਬਹੁਤ ਵਧੀਆ ਗੱਲਾਂ ਬਾਤਾਂ ਹੋਈਆਂ ਚੰਗੀ ਗੱਲਬਾਤ ਹੋਈ ਆ ਸਵਾਦ ਆਇਆ ਹਨਾ ਤੇ ਨਾਲ ਭਾਵਕ ਵੀ ਗੱਲਾਂ ਬਾਤਾਂ ਹੋਈਆਂ ਤੇ ਪਰ ਨਾ ਮੈਨੂੰ ਯਾਦ ਆ ਮੰਦਰ ਇੱਕ ਸਾਧਕ ਵਾਲਾ ਹਨਾ ਤੁਹਾਡੇ ਤੁਹਾਡੇ ਨਾਲ ਜਾਂਦਾ ਰਿਹਾ ਹਨਾ ਉਹ ਕਹਿੰਦਾ ਵੀ ਪ੍ਰੋਗਰਾਮ ਦਾ ਅਖੀਰ ਆ ਜਿਹੜਾ ਮਿਰਜੇ ਦੇ ਨਾਲ ਚਮਟਾ ਲੈ ਕੇ ਜੇ ਸੰਧੂ ਸਰਜੀਤ ਕਰ ਸਕਦਾ ਤਾਂ ਹੋਰ ਕੋਈ ਨਹੀਂ ਕਰ ਸਕਦਾ ਤੇ ਕਲਾਕਾਰਾਂ ਨੂੰ ਮੈਨੂੰ ਲੱਗਦਾ ਵੀ ਮਿਰਜਾ ਸਭ ਤੋਂ ਵੱਧ ਤੰਗ ਕਰਦਾ ਪਰ ਤੁਹਾਡੇ ਲਈ ਉਹ ਵਰਦਾਨ ਬਣਿਆ ਉਹਦੀਆਂ ਦੋ ਲਾਈਨਾਂ ਅਸਲਸਾ ਨਾ ਭਾਜੀ ਇਹ ਇੱਕ ਕਹਾਣੀ ਬਣੀ ਸੀਗੀ ਮਾਨਕ ਸਾਹਿਬ ਵੀ ਕਹਿੰਦੇ ਹੁੰਦੇ ਸੀਗੇ ਵੀ ਮਿਰਜਾ ਮਰਨ ਲੱਗਾ ਉਹਨਾਂ ਤੰਗ ਨਹੀਂ ਆਇਆ ਜਿੰਨਾ ਸੀ ਖੌਣ ਲੱਗ ਨਹੀਂ ਉਹ ਉਹ ਕਹਿੰਦੇ ਹੋਣਗੇ ਪਤਾ ਨਹੀਂ ਕੀ ਆ ਐਕਚੁਅਲ 'ਚ ਮਿਰਜਾ ਤਾਂ ਜੱਟਾਂ ਨੇ ਐਟ ਕਰਤਾ ਹੂੰ ਜਿਹੜੇ ਸਾਡੇ ਦਾਦੇ ਪਿਓ ਪਰਦਾਦੇ ਉਜੋਂ ਖੇਤ ਗਾਉਂਦੇ ਸੀ ਨਾ ਪੁਰਾਣੇ ਵੇਲੇ ਕਹਿੰਦੇ ਵਾਜਾਂ ਲਾਉਣੀਆਂ ਹੂੰ ਪਤਾ ਨਹੀਂ ਉਹਨਾਂ ਵਾਜਾਂ ਲਾਉਣੀਆਂ ਮਤਲਬ ਉੱਚੀ ਗਾਉਣਾ ਹੀ ਹੋਊਗਾ ਜਦੋਂ ਵਾਜਾਂ ਲਾਉਂਦੇ ਸੀ ਨਾ ਮੰਨ ਲਓ 2 ਵਜੇ ਹਲ ਛੋੜ ਲਿਆ ਸਵਾ ਦੋ ਵਜੇ ਗਾਉਣਾ ਸ਼ੁਰੂ ਕਰ ਲਿਆ ਹੂੰ ਹਲ ਕੱਲਾ ਹਲ ਜਾਣਾ ਪੂਰੇ ਦਿਨ ਚੱਕ ਕਿੱਲਾ ਜਾਂ ਦੋ ਕਿੱਲੇ ਵਗਣੇ ਆ ਤੋ ਵਹੋਂਦੇ ਵਹੋਂਦੇ ਗਾਉਂਦੇ ਸੀ ਤੋ ਮਿਰਜ਼ਾ ਉੱਥੋਂ ਨਿਕਲਿਆ ਮਿਰਜ਼ਾ ਅਜੇ ਤੱਕ ਮਰਿਆ ਕਿਉਂ ਨਹੀਂ ਬੜਿਆਂ ਲੋਕਾਂ ਨੇ ਦੇ ਉਲਟ ਬੋਲਿਆ ਦੇ ਹੱਕ ਚ ਬੋਲਿਆ ਉਗਨ ਗਾਇਕੀ ਵਾਲਾ ਮਿਰਜ਼ਾ ਹੂੰ ਮਿਰਜ਼ਾ ਹੂੰ ਤਾਂ ਮਰ ਗਿਆ ਗਾਇਕੀ ਵਾਲਾ ਨਹੀਂ ਮਰਿਆ ਮਰੂਗਾ ਵੀ ਨਹੀਂ ਹੂੰ ਕਟੋ ਕਟ 100 ਸਾਲ ਦੀ ਗਾਰੰਟੀ ਤਾਂ ਮੈਨ ਲੈਣਾ ਕਹਾਂਦਾ ਪਤਾ ਨਹੀਂ ਉਹ ਉਹ ਤਾਂ ਕਿਤਾਬ ਪਰ ਰਹਿਣੇ ਨਹੀਂ ਆਣਾ ਉਹ ਮਰਿਆ ਕਿਉਂ ਨਹੀਂ ਵੀ ਉਹ ਬਜ਼ੁਰਗਾਂ ਦਾ ਲਊ ਆ ਸਾਡੇ ਚੱਕੇ ਹੂੰ ਤਾਂ ਉਹ ਮਿਰਜ਼ਾ ਉਹ ਮੈਨੂੰ ਹੀ ਲੱਗਿਆ ਮੈਂ ਕੁਝ ਲਿਖਾਂ ਜਾਂ ਮੇਰੇ ਅੰਦਰੋਂ ਨਿਕਲਿਆ ਮੈਂ ਲਿਖਤਾ ਆਉਣ ਦੋ ਆਉਣ ਦਿਆਂ ਪਰ ਉਹ ਲਾਈਨ ਟੂ ਲਾਈਨ ਆ ਕੋਈ ਚੱਕਰ ਨਹੀਂ ਜਿੰਨਾ ਮਰਜੀ ਆਉਣ ਕੋਈ ਸੁਣਾਵੇਂਗਾ ਹੋਰ ਕਿਉਂਕਿ ਸਾਡਾ ਚੈਨਲ ਕਦੇ ਵੀ ਕੁਝ ਕੱਟਦਾ ਨਹੀਂ ਕਿਉਂਕਿ ਅਸਲੀ ਅਸਲੀ ਸਿੰਗਰਾਂ ਨੂੰ ਮੈਂ ਪ੍ਰਮੋਟ ਕਰਦਾ ਆਲਵੇਜ਼ ਜਿਹੜੇ ਵਾਕਈ ਸਿੰਗਰ ਆ ਜਿਹੜੇ ਵਾਕਈ ਕਲਾਕਾਰ ਆ ਜਿਨ੍ਹਾਂ ਕੋਲੇ ਕਲਾ ਹੈ ਕਾਰ ਭਾਵੇਂ ਹੈ ਚਾਹੇ ਨਹੀਂ ਹੈ ਹਰਦੋ ਹਾਂ ਨਹੀਂ ਕਾਰ ਦੇਤੀ ਦੇਤੀ ਤੁਸੀਂ ਦੇਤੀ ਦੇਦੀ ਤੁਸੀਂ ਦਿੱਤੀ ਆ ਹੋ ਮੋਇਆ ਮਿਰਜ਼ਾ ਵੇਖ ਕੇ ਜਟ ਮੰਝੜ ਮਾਰੀ ਤਾਂ ਮੈਂ ਤੈਨੂੰ ਘੜੀ ਬੁਲਾਣੇ ਘੇਰਿਆ ਘੜੀ ਬੁਲਾਣੇ ਘੇਰਿਆ ਬੁਰੀਆਂ ਨਜ਼ਰਾਂ ਗਈਆਂ ਖਾਵੇ ਤੂੰ ਤੇ ਗਿਆ ਸੇ ਸੇ ਬਾਵੇਂ ਉਹਨੂੰ ਆਸੇ ਸੇ ਮਾਂ ਵੀ ਉਹਨੂੰ ਕਿੱਥੇ ਬੈਠਾ ਜਾਣ ਗਵਾਵੇ ਮੈਸੀ ਝੋੜਾ ਫੱਬਦਾ ਵੇਖਣਾ ਝੋੜਾ ਫੱਬਦਾ ਵੇਖਣਾ ਮੇਰੇ ਦਿਲ ਵਿੱਚ ਰਹੇਗੇ ਚਾ ਵੇ ਕਿਉਂ ਨਾ ਤੈਗ ਮਿਆਂਨੋਂ ਨਿਕਲੀ ਨਾ ਤੀਰਾਂ ਦੇ ਤੇਰਾ ਤੁਹਾਡਾ ਪ੍ਰੋਗਰਾਮ ਨੰਬਰ ਹੋ ਜਾਣਾ ਸੋ ਭਾਈ ਜਾਂਦੇ ਜਾਂਦੇ ਇੱਕ ਨਾ ਮੈਸੇਜ ਜ਼ਰੂਰ ਚਾਹੀਦਾ ਹੈ ਉਹਨਾਂ ਕਲਾਕਾਰਾਂ ਨੂੰ ਜਿਹੜੀ ਸਾਡੀ ਤਾਂ ਨਹੀਂ ਸੁਣਦੇ ਸ਼ਾਇਦ ਤੁਹਾਡੀ ਸੁਣ ਲੈਣ ਨਹੀਂ ਉਹ ਆਪਣੇ ਉਹ ਤਾਂ ਕਰਦੇ ਨਹੀਂ ਸੁਣਦੇ ਮੇਰੀ ਕਿਥੋਂ ਸੁਣਗੇ ਪਰ ਫਿਰ ਵੀ ਆਉਣ ਲੋ ਨਹੀਂ ਸੁਣਨਗੇ ਉਹ ਕਿਸੇ ਨੇ ਨਹੀਂ ਸੁਣਨਗੇ ਉਹਨਾਂ ਨੂੰ ਪਤਾ ਕੀ ਲੱਗਦਾ ਉਹਨਾਂ ਦਾ ਯੋ ਉਹ ਨਹੀਂ ਵਾਰ ਯਾਰ ਕੋਈ ਸੋਚੋ ਕੱਲ ਨੂੰ ਤੁਹਾਡੇ ਬੱਚੇ ਹੋਣੇ ਆ ਹੋ ਸਕਦਾ ਤੁਹਾਡੇ ਕੁੜੀਆਂ ਹੀ ਹੋਣ ਕੁਝ ਵੀ ਹੋ ਗਿਆ ਯਾਰ ਉਹਨਾਂ ਨੂੰ ਕੀ ਜਵਾਬ ਦਵਾਂਗੇ ਜਦੋਂ ਤੁਸੀਂ 40 ਸਾਲ ਦੇ ਹੋਗੇ ਨਾ ਮੰਨ ਲਓ ਅੱਜ ਮੈਂ 35-36 ਦੇ ਕਰੀਬ ਆ ਇਹ ਜੋ ਕੀ ਅੱਖ ਕੀ ਮਲਾਉਣਗੇ ਆਪਣੇ ਜਵਾਕਾਂ ਨਾਲ ਕੀ ਕਹੋਗੇ ਪਾਪਾ ਕਰਤਾ ਕੀ ਰਿਹਾ ਸੋ ਬਹੁਤ ਵਧੀਆ ਗੱਲਾਂ ਬਾਤਾਂ ਹੋਈਆਂ ਬਾਈ ਸੰਧੂ ਸਰਜੀਤ ਹੁਣਾਂ ਦੇ ਨਾਲ ਹਿੱਕ ਦੀ ਹਿੱਕ ਦੀ ਜ਼ੋਰ ਵਾਲੀ ਗਾਇਕੀ ਸਾਰੀ ਸਾਰੀ ਆਪ ਸੋਣਾ ਵੀ ਆਪਦੇ ਜਵਾਕਾਂ ਨੂੰ ਕੀ ਦੱਸੋਗੇ ਪਾਪਾ ਕਰਦਾ ਕੀ ਰਿਹਾ ਹੈ ਜਿਹੜੇ ਵੀ ਗੀਤ ਹਨ ਮੈਂ ਕੋਈ ਇੱਕ ਦਾ ਨਾਂ ਨਹੀਂ ਲੈਣਾ ਮੈਂ ਯਾਰ ਸੋਚੋ ਖੁਸ਼ ਤੁਸੀਂ ਵੀ ਆਏ ਜਾਣਾ ਬੱਚੇ ਹੋਣੇ ਤੁਹਾਡੇ ਗੱਲ ਨੂੰ ਬਸ ਗੱਲ ਹੀ ਨਿਪੜ ਗਈ ਗੱਲ ਹੀ ਨਿਪੜ ਗਈ ਸੋ ਬਹੁਤ ਵਧੀਆ ਗੱਲਾਂ ਬਾਤਾਂ ਹੋਈਆਂ ਬਾਈ ਸੰਧੂ ਸਰਜੀਤ ਹੁਣਾਂ ਦੇ ਨਾਲ ਬੜਾ ਇੰਜੋਏ ਕੀਤਾ ਗੱਲਬਾਤ ਨੂੰ ਹਿੱਕ ਦੀ ਜ਼ੋਰ ਵਾਲੀ ਗਾਇਕੀ ਅੱਜ ਵੀ ਜਿਉਂਦੀ ਹੈ ਤੁਹਾਡੀ ਸਪੋਰਟ ਦੀ ਲੋੜ ਹੈ ਚੰਗੀ ਗਾਇਕੀ ਅੱਜ ਵੀ ਆ ਤੁਹਾਡੀ ਸਪੋਰਟ ਦੀ ਲੋੜ ਆ ਬਾਹਰਲੇ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਦੇ ਕਲਾਕਾਰਾਂ ਦੇ ਸ਼ੋਅ ਵੱਧ ਤੋਂ ਵੱਧ ਲਵਾਉਣੇ ਚਾਹੀਦੇ ਤਾਂ ਕਿ ਚੰਗੀ ਸੋਚ ਚੰਗੀ ਗਾਇਕੀ ਅੱਗੇ ਆ ਸਕੇ ਤੇ ਅਸੀਂ ਆਉਣ ਵਾਲੀ ਪਨੀਰੀ ਨੂੰ ਚੰਗੀ ਗਾਇਕੀ ਜਿਹੜੀ ਪਰੋਸ ਸਕੀਏ ਅੱਜ ਦੇ ਪ੍ਰੋਗਰਾਮ ਨਾਲ ਰਿਲੇਟਡ ਤੁਹਾਡਾ ਕੋਈ ਵੀ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ gilpradeep11@yahoo.in ਸਤਿ ਸ਼੍ਰੀ ਅਕਾਲ ਰਬ ਰੱਖਾ ਰੂਬਰੂ ਦੇ ਪ੍ਰਾਇੋਜਕਾਂ ਏਆਰ ਹੈਲਪਿੰਗ ਹੈਂਡਸ ਤੋਂ ਬਿੱਟੂ ਸਪੀਡੋ ਤੇ ਪਵਾਰ ਬ੍ਰਦਰਸ ਤੋਂ ਹੈਰੀ ਪਵਾਰ ਤੇ ਰਾਜ ਪਵਾਰ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ